ਗਾ ਸੇਵਾਦਾਰ ਕੋਈ ਨਹੀਂ, ਗੁਰੂ ਰਾਮਦਾਸ ਜੀ ਵਰਗੀ ਨਿਮਰਤਾ ਨਹੀਂ ਕਿਸੇ 'ਚ, ਗੁਰੂ ਅਰਜਨ ਸਾਹਿਬ ਵਰਗਾ ਧੀਰਜ ਨਹੀਂ ਕਿਸੇ ਕੋਲੇ, ਤੇ ਗੁਰੂ ਹਰਗੋਬਿੰਦ ਸਾਹਿਬ ਵਰਗਾ ਯੋਧਾ ਕੋਈ ਨਹੀਂ, ਤੇ ਗੁਰੂ ਹਰ ਰਾਏ ਸਾਹਿਬ ਵਰਗੀ ਕੋਮਲਤਾ ਨਹੀਂ ਕਿਸੇ ਕੋ, ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਵਰਗਾ ਵੈਦ ਕੋਈ ਨਹੀਂ, ਤੇ ਗੁਰੂ ਤੇਗ ਬਹਾਦਰ ਮਹਾਰਾਜ ਵਰਗਾ ਤਿਆਗੀ ਕੋਈ ਨਹੀਂ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਦੁਨੀਆਂ ਤੇ ਦਾਨੀ ਕੋਈ ਨਹੀਂ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗਾ ਸਹਾਰਾ ਕੋਈ ਨਹੀਂ। ਆਖੋ ਸਤਨਾਮ ਸ੍ਰੀ। ਇਸ ਕਰਕੇ ਅੱਜ ਮਹਾਰਾਜ ਸਾਡੇ ਘਰ ਆਏ, ਗੁਰਬਾਣੀ ਨਾਲ ਦਾ ਸਹਾਰਾ ਕੋਈ ਨਹੀਂ। ਤੋ ਭਾਗਾਂ ਵਾਲਿਓ, ਦੋ ਕੁ ਮਿੰਟ ਉੱਚੀ ਕਿਰਪਾ ਕਰਿਓ ਸਾਰੇ ਜਾਣੇ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਾਰੇ ਜਪੋ। ਸਤਨਾਮ ਵਾਹਿਗੁਰੂ, 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 ਇਹ ਦੋ ਸ਼ਬਦ ਸਤਿਗੁਰਾਂ ਨੇ ਸਾਨੂੰ ਮੂਲ ਦਿੱਤਾ। ਤੇ ਕਿਸੇ ਪੱਤਰਕਾਰ ਨੇ ਪੁੱਛਿਆ ਕਿਸੇ ਬਜ਼ੁਰਗ ਨੂੰ, ਕਹਿੰਦਾ ਬਾਪੂ ਜੀ ਆਨੰਦਪੁਰ ਸਾਹਿਬ ਗਏ, ਕਿਹੜੇ ਪਿੰਡੋਂ ਆਏ? ਉਹਨੇ ਕਿਹਾ ਫਲਾਣਾ ਪਿੰਡ ਹੈ। ਕਹਿੰਦਾ ਵੀ ਕਿੰਨੇ ਗੁਰਦੁਆਰੇ ਤੁਹਾਡੇ ਪਿੰਡ 'ਚ? ਮਾਫ਼ੀ ਦੇਣੀ, ਬੜੇ ਸੋਹਣੇ ਪੜ੍ਹੇ ਲਿਖੇ ਵੀਰ ਬੈਠੇ ਆ, ਅੱਜ ਕੋਈ ਨਹੀਂ ਸੋਚਣ ਦਿਆ ਸਾਡੇ ਬਾਰੇ। ਇੰਨੇ ਦੁੱਖ ਦੀ ਗੱਲ, 3-4 ਕਰੋੜ ਰੁਪਈਆ ਇੱਕ ਗੁਰਦੁਆਰੇ 'ਤੇ ਲੱਗਦਾ ਹੀ, ਅਤੇ ਦੇ ਤਰੇ ਦੀ ਲਾਈ ਜਾਂਦੇ, ਅਤੇ ਵਿੱਚ ਬਾਬਾ ਹੈ ਨਹੀਂ। ਆਖੋ ਸਤਨਾਮ। ਜੇ ਹੈਗਾ ਵੀ ਵਿਚਾਰਾ ਤਾਂ ਉਹ ਬਿਰਧ ਆ, ਉਹਨੂੰ ਵਿਚਾਰੇ ਨੂੰ ਆਉਂਦਾ ਕੁਝ ਨਹੀਂ, ਉਹਨੂੰ ਆਪ ਨੂੰ ਨਹੀਂ ਪਤਾ ਵੀ ਸਤਨਾਮ ਜਪਾਉਣ ਦਿਆ ਵੀ ਸਤਨਾਮ ਦਾ ਅਰਥ ਕੀ। ਕਹਿੰਦਾ ਭਰਾਵਾ ਮੈਂ ਤਾਂ ਘਰੇ ਫਰੀ ਹੁੰਦਾ ਸੀ, ਅਤੇ ਕਹਿੰਦੇ ਵੀ ਆ ਜਾ ਪਾਠ ਕਰ ਦਿਆ ਕਰ। ਵੇਖੋ ਸਾਡਾ ਕਿੱਡਾ ਸਕੂਲ ਸੀ, ਜਿਹਨੂੰ 10 ਪਾਤਸ਼ਾਹੀਆਂ ਨੇ, ਇੱਕ ਇੱਕ ਕਿੱਟ ਸ਼ਹੀਦਾਂ ਨੇ ਆਪਣੇ ਲਹੂ ਨਾਲ ਭੇਜ ਕੇ ਲਾਈ ਹੋਵੇ, ਅਤੇ ਅੱਜ ਉਸ ਕੌਮ ਦਾ ਕਿੰਨਾ ਬੁਰਾ ਹਾਲ ਹੋ ਗਿਆ। ਗੁੱਸਾ ਨਾ ਕਰਿਓ ਤੁਸੀਂ ਮੇਰੇ ਮਾਂ ਪਿਓ, ਮੈਂ ਨੈੱਟ 'ਤੇ ਵੀ ਇੱਦਾਂ ਹੀ ਸੰਗਤਾਂ ਵਿਦੇਸ਼ ਥੋੜ੍ਹੇ ਦਿਨ ਮੈਂ ਲਾ ਕੇ ਆਇਆ, ਅੱਜ ਪਰਸੋਂ ਚੌਥ ਆਇਆ।
ਇਹੀ ਦੁੱਖ ਦੀ ਗੱਲ ਹੈ ਕਿ ਪਿਆਰਿਓ ਇਸ ਵੇਲੇ ਕੋਈ ਧਿਆਨ ਨਹੀਂ ਦਿੰਦਾ, ਕਈ ਗੁੱਸਾ ਵੀ ਕਰਦੇ ਵੀ ਅਸੀਂ ਜਦੋਂ ਵੀ ਗੁਰਦੁਆਰੇ ਜਾਂਦੇ ਜਾਂ ਕਥਾ ਕੀਰਤਨ 'ਚ ਮੈਂ ਵੀ ਤੁਹਾਡੇ ਨਾਲ ਹਾਂ, ਅਸੀਂ ਪਾਟੇ ਹੋਏ 20 ਰੁਪਈਏ ਲੈ ਕੇ ਤੁਰ ਪੈਂਦੇ ਹਾਂ। ਇਹ ਨਹੀਂ ਵੇਖਣਾ ਵੀ ਅੱਗੇ ਸ੍ਰਿਸ਼ਟੀ ਦਾ ਮਾਲਕ ਆ ਜਾਂ ਸਾਡੀ ਕੌਮ ਦਾ ਰਾਗੀ ਢਾਡੀ ਲੱਗਣਾ ਵਾ ਜਿਹਨੇ। ਤੋ ਇਸ ਕਰਕੇ ਸਾਧ ਸੰਗਤ ਜੀ ਸਾਡੇ ਬੱਚੇ ਵੇਂਹਦੇ ਆ ਵੀ ਇਹ ਉੱਦਾਂ ਹੀ ਆ ਖੁ ਸਤਨਾ। ਹੁਣ ਅੱਜ ਦੀ ਤਰੀਕ 'ਚ ਵੇਖੋ ਜਿਹਨਾਂ ਸ਼ਹੀਦਾਂ ਦੀਆਂ ਵਾਰਾਂ ਗਾਈਆਂ ਬੰਦ ਬੰਦ ਕਟਾਇਆ ਉਹਨਾਂ ਨੂੰ ਤਾਂ ਕੋਈ ਜਾਣਦਾ ਨਹੀਂ, ਤੇ ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ ਗੰਦ ਗਾਇਆ ਗੰਦੇ ਗੀਤ ਗਾਏ ਉਹਨੂੰ ਫੇਰ ਸਟਾਰ ਬਣਾਤਾ ਲਿਆ ਗਿਆ ਤੇ ਸਾਡੇ ਜਵਾਕਾਂ ਨੂੰ ਉਹਦੇ ਪਤਾ ਹੀ ਲੱਗਣਾ ਉਹਦਾ, ਤੇ ਸਾਡੇ ਵੱਲੇ ਉਹ ਕਹਿੰਦੇ ਬਾਪੂ ਨੂੰ ਭੇਜ ਦਿਓ ਭੋਗ ਤੇ। ਉਹ ਮੈਨੂੰ ਅਜੇ ਵੀ ਯਾਦ, ਮੈਂ 8ਵੀਂ 'ਚ ਪੜ੍ਹਦਾ ਸੀ ਤੇ ਗੁੱਸਾ ਨਾ ਕਰਿਓ ਮੈਂ ਕਥਾ ਆਰੰਭ ਕਰਨੀ, 2-4 ਦਿਲ ਦੀਆਂ ਗੱਲਾਂ ਕਰ ਲਾਂ ਤੇ 10 ਰੁਪਈਏ ਇੱਦਾਂ ਪਾਟੇ ਜੋੜੇ ਮੈਂ ਸੱਚਾਈ ਕਹਿੰਦਾ ਸਾਡੀ ਸਿੱਖੀ ਡੁੱਬੀ ਕਿਉਂ। ਉਹ ਦੁਕਾਨ ਵਾਲੇ ਨੇ ਮੋੜ ਤੇ, ਸਬਜ਼ੀ ਵਾਲੇ ਨੇ ਮੋੜ ਤੇ, ਹਲਵਾਈ ਨੇ ਮੋੜ ਤੇ, ਤੇ ਸਾਡੀ ਦਾਦੀ ਬੈਠੀ ਤੇ ਉਹ ਲਿਆ ਕੇ ਅਸੀਂ ਸੁੱਟਤੇ ਤੇ ਕਹਿੰਦੀ ਪੁੱਤ ਮੈਨੂੰ ਫੜਾ ਦੇ। ਮੈਂ ਕਿਹਾ ਬੀਬੀ ਇਹ ਨਹੀਂ ਚੱਲਦੇ ਖਰਾਬ ਆ। ਕਹਿੰਦੀ ਮੈਂ ਚਲਾ ਲੈਣੇ। ਮੈਂ ਕਿਹਾ ਕਿੱਥੇ ਚਲਾਉਣੇ ਆ? ਕਹਿੰਦੇ ਗਵਾਂਢੀਆਂ ਦੇ ਭੋਗ ਪੈਣਾ ਹੈ ਤੇ ਮੈਂ ਉੱਥੇ ਜਾਣਾ ਵਾ ਤੇ ਮੱਥਾ ਟੇਕੂੰਗੀ, ਲਿਆਓ। ਇੱਥੋਂ ਵੇਖੋ ਪਤਾ ਲੱਗਦਾ ਸਾਡਾ ਮਾਇੰਡ ਗੁਰੂ ਗ੍ਰੰਥ ਸਾਹਿਬ ਨੂੰ ਕੀ ਸਮਝਦਾ। ਵੇਖੋ ਅਸੀਂ ਕੀ ਸਮਝ ਰਹੇ ਹਾਂ। ਇੱਕ ਬੰਨੇ ਕਹਿੰਦੇ ਗੁਰਬਾਣੀ ਉੱਤਮ ਆ, ਸਭ ਤੇ ਵੱਡਾ ਸਤਿਗੁਰ ਨਾਨਕ ਆ, ਤੇ ਫਿਰ ਜੇ ਵੱਡਾ ਵਾ ਤੇ ਫਿਰ ਨੀਚਪੁਣਾ ਕਿਉਂ ਅੰਦਰ ਰੱਖਿਆ ਆਖੋ ਸਤਨਾਮ। ਇਹ ਗੱਲ ਨੂੰ ਫੀਲ ਕਰਿਓ, ਮੈਂ ਵੀ ਕਰਦਾ ਰਹਿੰਦਾ। ਇੱਕ ਬੰਨੇ ਅਸੀਂ ਕਹਿੰਦੇ ਸਾਡਾ ਮਾਲਕ ਹੈ, ਮਾਲਕ ਛੱਡੋ ਹੁਣ ਮੇਰੀ ਜਨਾਨੀ ਘਰ ਵਾਲੀ ਹੈ, ਜੋ ਕਵੇ ਮੈਂ ਕਰਦਾ ਆਖੋ ਸਤਨਾਮ ਸ੍ਰੀ। ਇਸ ਕਰਕੇ ਅੱਜ ਸਿੱਖ ਕੌਮ ਦੇ ਨਿੱਕੇ ਨਿੱਕੇ ਬੱਚੇ ਵੀ ਵੇਂਦੇ ਆ ਵੀ ਇਸ ਘਰ ਦੇ ਵਿੱਚ ਕੁਝ ਨਹੀਂ ਰਹਿ ਗਿਆ ਲੜਾਈ ਤੋਂ ਸਿਵਾਏ। ਕਿੰਨਾ ਸੋਹਣਾ ਸ਼ਬਦ ਸੀ ਗੁਰਦੁਆਰਾ, ਇਹਦੀ ਡੈਫੀਨੇਸ਼ਨ ਕੀ? ਉਹ ਬਾਪੂ ਨੂੰ ਪੁੱਛਿਆ, ਕਹਿੰਦੇ ਬਾਪੂ ਜੀ ਕਿੰਨੇ ਗੁਰਦੁਆਰੇ ਪਿੰਡ? ਕਹਿੰਦੇ 9 ਕਹਿ ਗਿਆ। ਇੱਕ ਹੋਰ ਬਣਾਉਣਾ ਆਖੋ ਸਤਨਾਮ। ਐਡਾ ਐਡਾ ਮੋਟਾ ਸਰੀਆ ਪਾਤਾ, ਜੇ ਕਹਿ ਦਿਓ ਲਾਈਵ ਚੱਲਣ ਦਿਆ ਵਾ, ਗੱਲ ਅੱਜ ਕੱਲ੍ਹ ਮਿੰਟ 'ਚ ਨਿਕਲਦੀ ਆਖੋ ਸਤਨਾਮ, ਹੈ ਨਾ? ਤੇ ਕਿੱਡੀ ਵੇਖੋ ਹੈਰਾਨੀ ਦੀ ਗੱਲ ਹੈ ਵੀ ਕਰੋੜਾਂ ਰੁਪਈਏ ਖਰਾਬ ਕਰ ਰਹੇ ਸੀ। ਤੁਸੀਂ ਸੁਲਤਾਨਪੁਰ ਜਾਂਦੇ ਨਾ, ਤੁਸੀਂ ਪਤਵੰਤੇ ਹੋ, ਪੜ੍ਹੇ ਲਿਖੇ ਮੇਰੇ ਪਿਓਾਂ ਸਮਾਨ ਜੇ, ਜਦੋਂ ਹੱਟ ਸਾਹਿਬ ਜਾਓਗੇ ਤੇ ਖੱਬੇ ਹੱਥ ਨਿਗਾਹ ਮਾਰਿਓ ਕਿੰਨੇ ਕਰੋੜ ਰੁਪਈਆ ਜਿਹੜਾ ਖੂਹ 'ਚ ਪਿਆ, ਕੱਖ ਨਹੀਂ ਬਣਿਆ। ਉਹ ਪੈਸੇ ਮੋਗੇ ਤੇ ਉਹ ਹੱਥ ਜੋੜੇ ਵੀ ਬਾਬਾ ਜੀ ਬਸ ਕਰ ਦਿਓ, ਤੇ ਉਹ ਕਿਸੇ ਕੰਮ ਆਇਆ? 2 ਕਮਰੇ ਸਰਦਾਰ ਜੀ ਤਿਆਰ ਕੀਤੇ ਹੁਣ ਤੇ ਸਾਲ ਦੀ 2 ਲੱਖ ਦੀ ਦਵਾਈ ਵਿੱਚ ਪਾ ਦਿਓ, ਕੋਈ ਗਰੀਬ ਲਵੇ ਤੇ ਕਵੇ ਧੰਨ ਨਾਨਕ ਤੇਰੀ ਵੱਡੀ ਕਮਾਈ। ਉਹ ਕਿੱਥੇ ਕਮਾਈ ਲਾਤੀ? ਵਿਦੇਸ਼ਾਂ 'ਚ ਮੁੰਡੇ ਸਾਡੇ ਪੈਸੇ ਭੇਜੀ ਜਾਂਦੇ, ਕੋਈ 5 ਲੱਖ ਕੋਈ 2 ਲੱਖ, ਪੁੱਛ ਕੇ ਵੇਖਿਓ। ਐਡਾ ਵੱਡਾ ਮੇਰੇ ਨਾਨਕ ਦਾ ਸ਼ਹਿਰ ਹੋਵੇ ਜਿੱਥੇ 14 ਸਾਲ 9 ਮਹੀਨੇ 13 ਦਿਨ ਰੱਬ ਬੈਠਾ ਹੋਵੇ, ਕਿਸੇ ਪੰਜੀ ਦਾ ਵੀ ਸੁੱਖ ਹੈਗਾ? ਉੱਥੇ ਕੋਈ ਸਕੂਲ ਹੈਗਾ ਆਪਣਾ ਜਿੱਥੇ 13 ਰੁਪਈਏ ਫੀਸ ਹੋਵੇ ਦਾਖਲਾ, ਜਾਂ ਕੋਈ ਹਸਪਤਾਲ ਆਪਣਾ ਬਾਬੇ ਦਾ, ਜਾਂ ਕੋਈ ਯੂਨੀਵਰਸਿਟੀ? ਕੀ ਸਾਡੇ ਕੋਲ? ਉਹ ਬਜ਼ੁਰਗ ਨੂੰ ਪੁੱਛਿਆ ਵੀ ਪਾਪਾ ਜੀ ਵੀ ਤੁਹਾਡੀ 70 ਸਾਲ ਉਮਰ, ਦਾੜਾ ਚਿੱਟਾ, ਤੁਸੀਂ ਤੇ ਬੜੇ ਭੋਗਾਂ ਤੇ ਗਏ ਹੋਵੋਗੇ, ਤੇ ਕਹਿੰਦਾ ਪੁੱਤ ਜਾਈਦਾ ਏ। ਕਹਿੰਦਾ ਸਤਨਾਮ ਦਾ ਮਤਲਬ ਕੀ ਆ? ਇਹ ਤਾਂ ਮੋਢੀ ਆ, ਬਾਕੀ ਬਾਣੀ ਛੱਡ ਦਿਓ ਸਾਰੀ, ਵੀ ਸਤਨਾਮ ਕਿਹਨੂੰ ਕਹਿੰਦੇ? ਉਹਨੇ ਕਿਹਾ ਪੁੱਤਰਾ ਝੂਠ ਆਪਾਂ ਮਾਰਨਾ ਨਹੀਂ, ਆਪਾਂ ਤੇ ਕਹਿੰਦਾ ਸਮਾਪਤੀ ਤੇ ਜਾਈਦਾ, ਸੰਗਰਾਂਦ ਤੇ ਕਿਤੇ ਮੱਸਿਆ, ਤੇ ਬਾਬੇ ਜਦੋਂ ਦੇਗ ਵੰਡਦੇ ਆ ਨਾ ਤੇ ਉਦੋਂ ਕਹਿੰਦੇ ਹੁੰਦੇ ਸਤਨਾਮ ਵਾਹਿਗੁਰੂ। ਬੋਲੋ
ਤੇ ਅਸੀਂ ਕਹਿੰਦਾ ਉਹ ਦੇਗ ਛਕ ਲਈਦੀ ਹੈ ਤੇ ਜਿਹੜਾ ਘਿਓ ਦਾੜੇ ਨੂੰ ਲਾ ਦਈਦਾ ਤੇ ਆ ਜਾਈਦਾ, ਪੁੱਤ ਮੈਨੂੰ ਨਹੀਂ ਪਤਾ। ਇਹ ਕਿੱਡਾ ਦੁਖਾਂਤ ਆ ਵੀ ਜਿਹੜੇ ਬੰਦੇ ਨੂੰ ਸਾਈਕਲ ਚਲਾਉਣਾ ਨਹੀਂ ਆਉਂਦਾ ਉਹਨੂੰ ਪਲੇਨ ਤੇ ਕਿਸ ਤਰ੍ਹਾਂ ਤੁਸੀਂ ਪਾਇਲਟ ਬਣਾ ਦਿਓਗੇ। ਇਹ ਗੱਲਾਂ ਕਿੰਨੇ ਸਿਖਾਉਣੀਆਂ ਸੀ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਇਹ ਸ਼ਬਦ ਦੀ ਵਿਚਾਰ ਆਪਾਂ ਕਰ ਰਹੇ ਹਾਂ। ਚਲੇ ਜਾਣਾ ਆਪਾਂ ਜਿੱਦਾਂ ਵੀਰ ਫੋਟੋ ਲੱਗੀ ਇੱਦਾਂ ਆਪਣੀ ਵੀ ਲੱਗ ਜਾਣੀ। ਆਖੋ ਸਤਨਾਮ, ਸਾਰਿਆਂ ਦੇ ਭੋਗ ਪੈਣੇ ਮਿੱਤਰੋ, ਘਬਰਾਓ ਨਾ। ਇਹਨਾਂ ਵਾ ਵੀ ਡਿਊਟੀ ਲੱਗੀ, ਕੋਈ ਲੱਕੜ ਦਾ ਕੰਮ ਕਰਦਾ, ਕੋਈ ਲੋਹੇ ਦਾ ਕਰਦਾ, ਕੋਈ ਦਰਜੀ ਆ, ਤੇ ਸਾਡੀ ਡਿਊਟੀ ਮਹਾਰਾਜ ਨੇ ਲਾਈ ਵੀ ਸੰਗਤ ਨੂੰ ਭਜਨ ਕਥਾ ਦੇ ਸੁਣਾਉਣੇ। ਇਹ ਸਾਰੀਆਂ ਧੁਰੇ ਲੱਗੀਆਂ, ਆਪਾਂ ਕਥਾ ਕਰ ਰਹੇ ਸੀ, ਆਪੇ ਭਾਂਡੇ ਸਾਜਿਆ ਨਾ, ਆ ਸਾਰੇ ਭਾਂਡੇ ਉਹਦੇ ਬਣਾਏ ਆ, ਆਪੇ ਪੂਰਨ ਦੇ, ਨੱਕ ਲਾਇਆ, ਅੱਖਾਂ ਲਾਈਆਂ, ਆ ਦਿਲ ਦਾ ਇਕਵਾਲ ਜਿਹਾ ਬੰਦ ਹੋ ਜੇ ਭਰਾਵਾ, 7 ਲੱਖ ਮੰਗਦੇ ਡਾਕਟਰ। ਆਖੋ ਸਤਨਾਮ, ਬਾਈਪਾਸ ਸਰਜਰੀ ਦਾ ਮੇਰੇ ਰੱਬ ਨੇ ਕਿੰਨਾ ਕੁਝ ਫਰੀ ਦਿੱਤਾ। ਅਜੇ ਵੀ ਕਹਿਣਗੇ ਬਾਬਾ ਨਾਮ ਕਾਹਤੋਂ ਜਪਣਾ, ਕਈ ਬੜਾ ਜਿੱਦੇ ਆ। ਮਹਾਰਾਜ ਸੁਖਮਨੀ ਸਾਹਿਬ ਚ ਕਹਿੰਦੇ, ਰਮਈਆ ਕੇ ਗੁਣ ਚੇਤ ਪ੍ਰਾਨੀ ਕਵਣ ਮੂਲ ਤੇ, ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ। ਕਹਿੰਦੇ ਵੇਹੋਏ ਰੱਬ ਨੇ ਤੈਨੂੰ ਕਿੱਡੀ ਪ੍ਰੋਪਰਟੀ ਦਿੱਤੀ ਮੱਖਣਾ, ਜੇ ਕੋਈ ਘੜੀ ਦੇ ਦੇ ਤੈਨੂੰ ਤੇ ਆਖੀ ਦਾ ਮੈਨੂੰ ਗਿਫਟ ਦਿੱਤਾ, ਤੇ ਜਿਹੜੇ ਗੁੱਟ ਤੇ ਬੱਧਾ ਗਿਫਟ, ਉਹ ਗੁੱਟ ਜਿਹਨੇ ਦਿੱਤਾ ਉਹ ਕਿੱਡਾ ਦਾ ਹੋਊਗਾ। ਕੋਈ ਚੈਨੀ ਦੇ ਦੇ ਸੋਨੇ ਦੀ ਭੈਣਾਂ ਬੇਟੀਆਂ, ਤੇ ਆਪਾਂ ਆਖੀ ਦਾ ਮੈਨੂੰ ਗਿਫਟ ਦਿੱਤਾ ਮੇਰੇ ਮਾਸੀ ਨੇ, ਮੇਰੀ ਮਾਸੀ ਦੇ ਪੁੱਤ ਨੇ। ਕਹਿੰਦੇ ਜਿਹੜੇ ਗਲੇ ਚ ਗਿਫਟ ਪਾਇਆ ਉਹ ਤੇ ਧੰਨਵਾਦ ਕਰੀ ਜਾਂਦਾ, ਜਿਹਨੇ ਗਲਾ ਦਿੱਤਾ ਉਹਦੇ ਕੋਲ ਬਹਿੰਦਾ ਹੀ ਨਹੀਂ, ਭੱਜਦਾ ਬਾਹਰ ਨੂੰ ਸੱਜਣਾ ਮਿੱਤਰਾਂ ਕੋ, ਮਾਸੀ ਕੋ 2 ਘੰਟੇ, ਭੂਆ ਕੋ 4 ਘੰਟੇ, ਨਾਨੀ ਕੋ 5 ਦਿਨ, ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਚੱਲਦਾ ਮੱਥਾ ਟੇਕ ਕੇ ਚੱਲ ਬਾਹਰ। ਆਖੋ ਸਤਨਾਮ, ਜੀ ਨਹੀਂ ਕਰਦਾ ਬਹਿਣ ਨੂੰ ਸਾਡਾ ਬਾਣੀ ਕੋਲੇ। ਆ ਵੀ ਆਪਾਂ ਤਾਂ ਬੈਠੇ ਹਾਂ ਵੀ ਆਪਣੀ ਰਿਸ਼ਤੇਦਾਰੀ ਆ, ਆਪਾਂ ਭੋਗ ਤੇ ਆਏ ਹਾਂ, ਤੇ ਜਦੋਂ ਆਪਾਂ ਮਰਨਾ ਫਿਰ ਹੀ ਇਹ ਆਉਣਗੇ ਵਿਚਾਰੇ। ਇਹ ਸਰੀਕਾ ਵਾ ਜੀ, ਸੱਚੇ ਦਿਲੋਂ ਇਮਾਨਦਾਰੀ ਨਾਲ ਦੱਸਿਓ, ਕਦੇ ਆਪਣੇ ਗੁਰੂ ਘਰ ਜਾ ਕੇ ਰੋਜ਼ ਇੱਦਾਂ 1 ਘੰਟਾ ਬੈਠੇ, ਕਿਤੇ ਕਥਾ ਸੁਣੀ, ਆ ਰਿਸ਼ਤੇਦਾਰੀ ਨੂੰ ਆਏ ਆ। ਉਹ ਵੀ ਤਾਂ ਕਰਕੇ ਵੀ ਆਪਣਾ ਰਿਸ਼ਤੇਦਾਰ ਭਾਈਚਾਰਕ ਸਾਂਝ ਹੈ, ਨਹੀਂ ਤੇ ਆਪਾਂ ਕਦੇ ਨਾ ਇੱਥੇ ਬਹਿੰਦੇ। ਆਖੋ ਸਤਨਾਮ, ਆ ਤੁਹਾਡੇ ਪਿੰਡ ਕਈ ਵਾਰੀ ਗੁਰਦੁਆਰੇ ਸਾਂਝਾ ਸਮਾਗਮ ਹੁੰਦਾ, ਸਾਰੇ ਪਿੰਡਾਂ 'ਚ 5 ਬੀਬੀਆਂ 4 ਬੰਦੇ ਹੁੰਦੇ, ਕੋਈ ਨਹੀਂ ਆਉਂਦਾ। ਸੱਜਣ ਹੈ ਸਾਡਾ ਸਰੀਰ। ਇੱਕ ਵੀਡੀਓ ਮੈਂ ਵੇਖੀ, ਪਤਾ ਨਹੀਂ ਕਿੱਥੋਂ ਦੀ, ਉਹ ਬਜ਼ੁਰਗ ਦਾ ਸਰੀਰ ਬੜਾ ਭਾਰਾ ਹੋ ਗਿਆ, ਉਹਦੇ ਕੀੜੇ ਪੈ ਗਏ, ਤੇ ਕੀੜੇ ਥੱਲਿਓ ਮੰਜੇ ਦੇ ਨਿਕਲਦੇ, ਤੇ ਉਹ ਵਿਚਾਰਾ ਇੰਨਾ ਰੋਂਦਾ, ਕਹਿੰਦਾ ਓਏ ਰੱਬਾ, ਓਏ ਮੈਨੂੰ ਲੈ ਜਾ, ਓਏ ਓਏ ਮੇਰੇ ਤੇ ਪੜਦਾ, ਮੈਂ ਤਾਂ ਵੇਖਿਆ ਘਬਰਾਹਟ ਹੋ ਗਈ, ਤੇ ਨਾਲ ਹੀ ਚੇਤਾ ਆ ਗਿਆ, ਕਰ ਬੰਦੇ ਤੂੰ। ਉਹ ਕਹਿੰਦਾ ਬੱਚੇ ਮੇਰੇ ਬਾਹਰ ਚਲੇ ਗਏ, ਫੋਨ ਨਹੀਂ ਚੱਕਦੇ, ਮੇਰੀ ਘਰ ਵਾਲੀ, ਮੇਰਾ ਜੀਵਨ ਸਾਥੀ, ਉਹ ਵੀ ਡੈਥ ਹੋ ਗਈ, ਤੇ ਮੈਂ ਇਕੱਲਾ, ਤੇ ਮੈਨੂੰ ਕੋਈ ਨਹੀਂ ਸਾਂਭਦਾ। ਓਏ ਵੇਖੋ, ਇੱਕ ਆ ਜਿਹੜੀ ਬਾਹਰ ਦੀ ਪੈ ਗਈ ਨਾ ਮਾਰ, ਆਪਾਂ ਨੂੰ ਗੁੱਸਾ ਨਾ ਕਰਿਓ, ਠੀਕ ਹੈ ਬਾਹਰ ਨੇ ਬੜਾ ਕੁਝ ਦਿੱਤਾ ਪਰ ਖੋਇਆ ਵੀ ਬੜਾ ਕੁਝ। ਆਖੋ ਸਤਨਾਮ, ਤਰੱਕੀ ਤਾਂ ਮਿਲ ਗਈ ਪਰ ਖੁੱਸ ਗਿਆ। ਭੈਣਾਂ ਭਰਾ ਸੱਜਣ ਮਿੱਤਰ ਗੁਰਦੁਆਰਾ ਗੁਰੂ ਕੀ ਸਿੱਖਿਆ, ਆ ਪੱਛਮੀ ਸੱਭਿਅਤਾ ਸਾਰੀ ਲਿਆ ਕੇ ਪੰਜਾਬ 'ਚ ਸੁੱਟ ਦਿੱਤੀ। ਆਖੋ ਸਤਨਾਮ, ਨੰਗੇ ਕਰਤੇ ਲੋਕ ਵਿਦੇਸ਼ਾਂ 'ਚ, ਫਰਕ ਹੈ ਜੇ ਆਸੇ ਪਾਸੇ ਆਪਣੇ ਤੇ ਵੇਖੋ ਕਿੰਨਾ ਬੁਰਾ ਹਾਲ ਹੈ, ਇਹ ਸਾਰਾ ਬਾਹਰ ਦੀ ਦੇਣ। ਆਖੋ ਸਤਨਾਮ, ਜੇ ਬਾਹਰ ਨੇ ਕੋਠੀਆਂ ਦਿੱਤੀਆਂ, ਗੱਡੀਆਂ ਦਿੱਤੀਆਂ, ਡਿਵੈਲਪਮੈਂਟ ਦਿੱਤੀ, ਤੇ ਵਿਹੜਾ ਵੀ ਬਿਠਾਇਆ ਨਾਲ ਨਾਲ, ਜਿਹੜੀ ਸਾਡੀ ਗੁਰਮਤ ਸੀ ਉਹ ਖੋ ਕੇ ਲੈ ਗਏ। ਆਖੋ ਸਤਨਾਮ, ਮਾੜੇ ਤੋਂ ਮਾੜਾ ਬੰਦਾ ਗੁੱਸਾ ਨਾ ਕਰਿਓ। ਇੱਕ ਮਾਂ ਪਿਓ ਤੁਰ ਜਾਂਦਾ, ਇੱਕ ਅਸੀਂ ਪਕੌੜੇ ਕੱਢ ਕੇ ਖਵਾਉਣੇ,
ਇਹ ਮਰਗ ਤੇ ਵਾਜਬ ਨਹੀਂ ਹੈ। ਗੁਰਦੁਆਰੇ ਦੇ ਲੰਗਰ ਹਾਲ ਚ ਜਿੰਨੇ ਪਿੰਡਾਂ ਚ ਹੁਣ ਮਰਗ ਦੇ ਭੋਗ ਪੈਂਦੇ, ਗੁਰਦੁਆਰੇ ਹੁੰਦਾ ਪ੍ਰੋਗਰਾਮ ਤੇ ਗੁਰਦੁਆਰੇ ਦੇ ਲੰਗਰ ਹਾਲ ਚ ਟੈਂਟ ਲੱਗਾ ਹੁੰਦਾ, ਵਿੱਚੇ ਜੁੱਤੀਆਂ ਲੈ ਕੇ ਕੁਰਸੀਆਂ ਬਹਿੰਦੇ ਕਿ ਨਹੀਂ ਆਪਾਂ? ਤੇ ਇੱਥੇ ਆਨੰਦਪੁਰ ਵਾਹਿਗੁਰੂ ਗੋਇੰਦਵਾਲ ਸਾਹਿਬ ਅਕਬਰ ਆਇਆ ਸੀ, ਹਿੰਦੁਸਤਾਨ ਦਾ ਬਾਦਸ਼ਾਹ ਸੋਨੇ ਦੀ ਕੁਰਸੀ ਤੇ ਬਹਿੰਦਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪਹਿਲੇ ਪੰਗਤ ਪਾਛੇ ਜਾ ਜਾ ਕੇ ਥੱਲੇ ਬਹਿ। ਉਹ ਜਦੋਂ ਵਜ਼ੀਰ ਨੂੰ ਕਹਿੰਦਾ ਵੀ ਮੈਂ ਥੱਲੇ ਬਹੂੰਗਾ, ਕਹਿੰਦੇ ਵੀ ਇਸ ਘਰ ਦੀ ਮਰਜ਼ਾਦਾ ਵਾ, ਇਹ ਸਿਰ ਦੇ ਦਿੰਦੇ, ਮਰਜ਼ਾਦਾ ਨਹੀਂ ਤੋੜਦੇ, ਵੀ ਬਹਿਣਾ ਪੈਣਾ ਤੈਨੂੰ, ਨਹੀਂ ਤੇ ਚੱਲ ਜਾ। ਬੰਦਾ ਚੰਗਾ ਹੈ, 50 ਸਾਲ ਰਾਜ ਕੀਤਾ ਉਹਨੇ ਦਿੱਲੀ, ਆਖੋ ਸਤ ਬਹਿ ਗਿਆ ਇੱਦਾਂ ਚੌਂਕੜਾ ਮਾਰ ਕੇ। ਤੇ ਉਹ ਥਾਲੀ ਡੀਕੇ, ਜਿਹੜਾ ਸੋਨੇ ਦੀ ਥਾਲੀ 'ਚ ਰੋਟੀ ਖਾਂਦਾ ਹੋਵੇ ਤਾਂ ਉਹ ਥਾਲੀ ਡੀਕੇ ਉਹਨੂੰ ਕੇਲੇ ਦੇ ਪੱਤਰ ਦੇ ਉੱਤੇ ਕੌਲ ਚੜੀ ਪਾ ਕੇ ਚਣੇ ਤੇ ਪ੍ਰਸ਼ਾਦੇ ਸਾਦੇ ਦਿੱਤੇ, ਨਾਲੇ ਇੱਧਰ ਉੱਧਰ ਵੇਖੇ ਤੇ ਨਾਲੇ ਛਕੇ। ਜਦੋਂ ਛਕਿਆ ਪ੍ਰਸ਼ਾਦਾ, ਉਹ ਜਿਹੜਾ ਹਿਰਦੇ 'ਚ ਹੰਕਾਰ ਸੀ ਉਹ ਮਿਟ ਗਿਆ। ਆਖੋ ਸਤਨਾਮ। ਮਿਟਿਆ ਕਿੱਦਾਂ? ਜਿਹੜਾ ਆਟਾ ਗੁੱਧਾ ਸੀ ਉੱਤੇ ਵੀ ਗੁਰਬਾਣੀ ਪੜੀ ਸੀ, ਬੋਲੋ ਵਾਹਿਗੁਰੂ। ਜਿਹੜਾ ਪਾਣੀ ਪਾਇਆ ਉਹਦੇ 'ਤੇ ਵੀ, ਜਿੰਨੇ ਭਾਂਡੇ ਮਾਂਜੇ ਉਹਦੇ 'ਤੇ ਵੀ ਬਾਣੀ ਪੜੀ, ਜਿੰਨੇ ਪੇੜੇ ਪਕਾਏ ਉਹਦੇ 'ਤੇ ਵੀ ਬਾਣੀ ਪੜੀ, ਜਿੰਨੇ ਲੋਹ ਤੇ ਥੱਲੇ ਸਾਰੇ ਪਾਸੇ ਬਾਣੀ ਬਾਣੀ ਹੀ। ਉਹ ਖਾਣਾ ਨਹੀਂ ਸੀ, ਅੰਮ੍ਰਿਤ ਸੀ। ਅੱਜ ਮਿੱਤਰੋ ਜੋ ਵੀ ਖਾਂਦੇ ਜ਼ਹਿਰ ਆ। ਕਿਤਨਾ ਪਾਠ ਕਰ ਲਉਂਗੇ, 100 ਸਾਲ ਦੀ ਉਮਰ ਹੀ 60 ਤੇ ਬ੍ਰੇਕ ਲੱਗ ਗਈ ਅੱਜ। ਆ ਜਿੰਨਿਆਂ ਭੋਗਾਂ 'ਤੇ ਗਏ, 55-50 ਜੀ ਟੈਕ ਹੋ ਗਿਆ। ਇੱਥੋਂ ਤੱਕ 4-5 ਬੱਚਿਆਂ ਦੀ ਮੈਂ ਕਥਾ ਕਰਕੇ ਆਇਆ। 2 ਕੈਨੇਡਾ 'ਚੋਂ ਲਾਸ਼ਾਂ ਆਈਆਂ, ਇੱਕ ਕੁੜੀ ਆਸਟ੍ਰੇਲੀਆ 'ਚੋਂ ਲਿਆਂਦੀ ਉਹਦੇ ਪਿਓ ਨੇ। 26 ਸਾਲ ਉਮਰ, ਇੰਨੀ ਸੋਹਣੀ ਬੱਚੀ, ਦਿਲ ਦਾ ਦੌਰਾ ਪੈਣਾ ਹੀ ਆ। ਪੜ੍ਹਾਈ ਬੱਚਿਆਂ ਨੂੰ ਖਾ ਗਈ ਜਵਾਨੀ, ਉੱਥੇ 18 ਘੰਟੇ ਦਿਹਾੜੀ ਅਤੇ ਰੋਟੀ ਮਿਲਣੀ ਨਹੀਂ, ਅਤੇ ਪਿੱਛੋਂ ਫੋਨ ਕਰੀ ਜਾਂਦੇ ਪੈਸੇ ਨਹੀਂ ਆਏ, ਅਤੇ ਮਰਨਾ ਹੀ ਆ। ਆਖੋ ਸਤਨਾਮ। ਇਹਨਾਂ ਗੱਲਾਂ 'ਤੇ ਗੌਰ ਕਰਿਓ ਗੁਰਮੁਖੋ, ਤੁਹਾਡੇ ਬੱਚੇ ਆ, ਆਪਾਂ ਕੋਈ ਰੱਬ ਨਹੀਂ। ਮਰਗ ਦੇ ਉੱਤੇ ਕਥਾ ਕੀਰਤਨ ਦਾ ਇਸੇ ਕਰਕੇ ਕਰਾਇਆ ਜਾਂਦਾ ਹੈ ਕਿ ਆਪਾਂ ਸਾਰੇ ਇਕੱਤਰ ਹੋਏ ਹਾਂ, ਅਤੇ ਜੇ ਕਿਸੇ ਨੂੰ 2 ਬੋਲ ਵੀ ਸਮਝ ਆ ਗਏ ਤਾਂ ਉਹਦੀ ਜ਼ਿੰਦਗੀ ਟਿਕਾਣੇ ਲੱਗ ਜਾਣੀ। ਆਖੋ ਸਤਨਾਮ ਸ੍ਰੀ। ਮੇਰੇ ਪਾਤਸ਼ਾਹ ਕਿਰਪਾ ਕਰਨ, ਆਪਾਂ ਮੁੱਢ ਦੇ ਨਾਲ ਮਾਰੇ ਕਹਿੰਦੇ ਆਪੇ ਭਾਂਡੇ ਸਾਜਿਆ ਆਪੇ ਪੂਰਨ, ਆ ਸਰੀਰ ਦਾ ਭਾਂਡਾ ਬਣਾਇਆ ਉਸ ਘੁਮਿਆਰ ਨੇ, ਕਿੱਦਾਂ ਅੱਖਾਂ ਲਾਈਆਂ, ਕੰਨ ਲਾਏ, ਨੱਕ ਲਾਇਆ, ਕਿੰਨੀ ਸੋਹਣੀ ਪ੍ਰੋਪਰਟੀ ਦਿੱਤੀ ਤੈਨੂੰ, ਕਦੇ ਉਹਦਾ ਧੰਨਵਾਦ ਕਰਿਆ ਕਰ। ਕਿੱਦਾਂ ਕਰਨਾ? ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ। ਤਿੰਨ ਸੱਜਣ ਨੇ ਗੁਰਮੁਖੋ। ਪਹਿਲਾ ਸੱਜਣ ਹੈ ਸੰਸਾਰੀ ਮਾਇਆ, ਜਿਹਦੇ ਕੋਲ ਹੈਗੀ ਉਹਦੇ ਸਾਰੇ ਹੀ ਅੱਜ, ਤੇ ਦੂਜਾ ਸਰੀਰ ਤੰਦਰੁਸਤ ਹੋਵੇ ਇਹ ਵੀ ਸੱਜਣ ਹੈ, ਤੇ ਤੀਜਾ ਸੱਜਣ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਜਿੱਦਣ ਸਾਰੇ ਸਾਧ ਛੱਡ ਜਾਂਦੇ, ਬੰਦੇ ਨੂੰ ਚੁੱਕ ਕੇ ਲੱਕੜਾਂ ਤੇ ਰੱਖਿਆ ਜਾਂਦਾ, ਤੇ ਉਸ ਵੇਲੇ ਗ੍ਰੰਥੀ ਸਾਹਿਬ ਅਰਦਾਸ ਕਰਦਾ, ਕਹਿਤ ਕਬੀਰ ਸੁਣੋ ਰੇ ਸੰਤੋ, ਖਿਓਏ ਲੋਈ ਵੀ ਸਸਤੀ ਪਾਤੀ ਆਖੋ ਸਤਨਾਮ। ਘਿਓ ਵੀ ਸਸਤਾ ਤੇ ਬਾਲਣ ਵੀ ਗਿੱਲਾ, ਸੁੱਕਾ ਮਹਿੰਗਾ ਸੀ ਕਹਿੰਦੇ, ਗਿੱਲਾ ਦੇ ਦੇ ਜ਼ਿਆਦਾ ਸੜੂਗਾ, ਆਪਣੇ ਸਾਰਿਆਂ ਦੀ ਵਾਰੀ ਆਉਣੀ ਆ। ਮਹਾਰਾਜ ਦੀ ਬਾਣੀ ਕਹਿੰਦੀ, ਫਿਰ ਮੁਰਦਾ ਸੋਚਦਾ, ਬਾਬਾ ਕਬੀਰ ਸਾਹਿਬ ਜੀ ਨੇ ਲਿਖਿਆ ਕਹਿੰਦੇ, ਕੇ ਹਾਡ ਜਰੇ ਜਿਉਂ ਲਾਕਰੀ, ਕੇਸ ਜਰੇ ਜਿਉਂ ਘਾਸ, ਇਹੋ ਜੱਗ ਜਰਤਾ ਦੇਖ ਕੇ ਭਇਓ ਕਬੀਰ। ਕਬੀਰ ਸਾਹਿਬ ਦੀ ਮਾਂ ਨੇ ਉਹਨਾਂ ਨੂੰ ਭੇਜਿਆ ਪਿੰਡ 'ਚ ਮਰਗ ਹੋ ਗਈ, ਤੇ ਕਹਿੰਦੀ, ਪੁੱਤ ਤੇਰਾ ਬਾਪੂ ਘਰ ਨਹੀਂ, ਤੇ ਜਾ ਨਾਲ ਜਾ, ਮੜੀਆਂ 'ਚ ਕਾਹਤੋਂ ਜਾਂਦੇ ਲੋਕੀ ਨਾਲ, ਇਹਦੇ ਪਿੱਛੇ ਵੀ ਕਾਰਨ ਹੈ। ਤੇ ਕਬੀਰ ਸਾਹਿਬ ਕਹਿੰਦੇ, ਮੈਂ ਛੋਟਾ ਸੀ, ਮੈਂ ਕਿਹਾ ਮਾਂ ਮੈਨੂੰ ਡਰ ਲੱਗਦਾ, ਮੈਂ ਨਹੀਂ ਜਾਣਾ ਆਖੋ ਸਤਨਾਮ, ਉੱਥੇ ਭੂਤ ਨੇ। ਮਾਂ ਕਹਿੰਦੀ, ਨਹੀਂ ਪੁੱਤ, ਮੜੀਆਂ 'ਚ ਭੂਤ ਨਹੀਂ, ਮੜੀਆਂ 'ਚ ਜੀਵਨ ਮਿਲਦਾ ਆਖੋ ਸਤਨਾਮ। ਕਹਿੰਦੇ, ਉੱਥੇ ਡਰਦੇ? ਕਹਿੰਦੇ, ਨਹੀਂ ਪੁੱਤਰਾ, ਸਾਰਿਆਂ ਦੇ ਨਾਲ ਜਾਈ। ਕਹਿੰਦੇ, ਉੱਥੇ ਕਰੀਦਾ ਕੀ? ਕਹਿੰਦੇ, ਕਰਨਾ ਕੁਛ ਨਹੀਂ, ਜਿੱਦਾਂ ਲੋਕੀ ਕਰਨਗੇ ਤੂੰ ਵੀ ਝੱਟ ਉੱਥੇ ਹੋ ਆਈ। ਕਬੀਰ ਸਾਹਿਬ ਕਹਿੰਦੇ, ਉਹ ਦਿਨ ਮੇਰੀ ਇਨਕਲਾਬੀ ਦਾ ਸੀ, ਕਿ ਮੇਰੀ ਮਾਂ ਦਾ ਧੰਨਵਾਦ ਜਿਹਨੇ ਮੈਨੂੰ ਉਸ ਦਿਨ ਤੋਰਿਆ, ਤੇ ਜੇ ਨਾ ਤੋਰਦੀ ਤੇ ਹੋ ਸਕਦਾ ਮੈਂ ਕਿਸੇ ਗਲਤ ਬੰਨੇ ਤੁਰਦਾ। ਕਹਿੰਦੇ, ਜਦੋਂ ਮੜੀਆਂ 'ਚ ਪਹੁੰਚੇ, ਮੁਰਦੇ ਨੂੰ ਤਾਰਿਆ ਗਿਆ, ਚਾਰ ਚੀਜ਼ਾਂ ਵਾਸਤੇ ਆਪਾਂ ਸਾਰੀ ਜ਼ਿੰਦਗੀ ਸੰਘਰਸ਼ ਲੜਿਆ। ਪਹਿਲਾ, ਕਿ ਮੈਂ ਸਾਰੇ ਪਿੰਡ ਤੋਂ ਅੱਗੇ ਨਿਕਲ ਜਾਂ, ਬੋਲੋ ਵਾਹਿਗੁਰੂ। ਦੂਜਾ, ਮੇਰੇ ਕੱਪੜੇ ਸਾਰਿਆਂ ਨਾਲੋਂ ਸੋਹਣੇ ਹੋਣ, ਤੇ ਤੀਜਾ, ਮੈਂ ਸਭ ਤੋਂ ਉੱਚਾ ਦਿਸਾਂ, ਤੇ ਚੌਥਾ, ਮੇਰਾ ਘਰ ਸਾਰੇ ਪਿੰਡ ਤੋਂ ਵਧੀਆ ਹੋਵੇ, ਲੋਕਾਂ ਦਾ ਲਹੂ ਤੁਸਕਾ ਤਾ ਲੱਕ ਟੁੱਟ ਗਿਆ ਹੈ। ਉੱਥੇ ਮੈਂ ਵੀ ਵੇਖ ਕੇ ਆਇਆ ਵਾ, ਵੀਹ ਘੰਟੇ ਦਿਹਾੜੀ ਕਰਦੇ, ਤੇ ਇੱਥੇ ਚਾਰ ਮੰਜ਼ਲੀ ਕੋਠੀ ਕੋਈ ਸਾਰਾ ਕੋਈ ਕਰਿਓ, ਕਰ ਵੀ ਲਓਗੇ ਫਿਰ ਬਾਣੀ ਦੇ ਅਰਥ ਨਹੀਂ ਆਉਣੇ। ਕਰ ਲਓ ਚਾਰ ਮੰਜ਼ਲੀ ਛੱਤੀ ਪਿੰਡ ਨੂੰ ਦਿਖਾਉਣ ਲਈ, ਤੇ ਵਿੱਚ ਕੋਈ ਨਹੀਂ, ਤੇ ਜਿੰਦਰਾ ਲਾਤਾ ਉਹਨੂੰ ਹੁਣ 4 ਕਰੋੜ ਰੁਪਈਆ ਲਾ ਕੇ, ਤੇ ਆਪ ਬਾਹਰ ਗਏ। ਉੱਥੇ ਸਾਰੇ ਖਪੰਦੇ ਹੀ, ਮਾਤਾ ਮਰ ਗਈ ਤਾਂ ਨਹੀਂ ਆਏ, ਪਿਓ ਮਰ ਗਿਆ ਤਾਂ ਨਹੀਂ ਆਏ, ਨਾਨੀ ਦਾਦੀ ਮਰ ਗਈ ਕੋਈ ਨਹੀਂ ਬੜਿਆ, ਪੈਸੇ ਪਾਤੇ 12 ਲੱਖ ਰੁਪਈਆ, ਪੈਸਿਆਂ ਨਾਲ ਕਿਤੇ ਪਿਆਰ ਮਿਲਦਾ? ਅੱਜ ਪੈਸਾ ਹੀ ਮੁੱਖ ਰੱਖ ਲਿਆ ਸਭ ਨੇ, ਮੈਥੋਂ ਨਹੀਂ ਆਇਆ ਜਾਣਾ, ਆਹ 2 ਲੱਖ ਮੇਰੇ ਵੱਲੋਂ ਭੇਜ ਦਿਓ। ਤੇ ਗੁਰਬਾਣੀ ਕਹਿੰਦੀ, ਪਾਰਸ ਪੁੱਤਰ ਤੇ ਪਿਆਰ ਤਿੰਨੇ ਮੁੱਲ ਨਹੀਂ ਵਿਕਦੇ, ਤੇ ਮਾਰ ਆਪਾਂ ਵੀ ਜਾਣਾ ਏ। ਇਹ ਬਾਣੀ ਨੂੰ ਛੱਡ ਕੇ ਬੜੇ ਔਖੇ ਹੋ ਗਏ ਆ, ਇੱਥੇ ਘਰ ਬਣਾਏ ਆਪਾਂ ਸਾਰਿਆਂ, ਜ਼ੋਰ ਲੱਗ ਗਿਆ ਮੇਰੇ ਪਿਓ ਦਾਦੇ ਦਾ, ਹੁਣ ਮੈਂ ਚੱਲ ਜਾਣਾ ਪਰਿਵਾਰ ਲੈ ਕੇ, ਤੇ ਉੱਥੇ ਅਸੀਂ ਸਾਰਿਆਂ ਖਪਣਾ ਹੀ, ਤੇ ਉੱਥੇ ਘਰ ਜਿੰਨੇ ਚਿਰ ਨੂੰ ਬਣਨਾ ਉਨੇ ਚਿਰ ਨੂੰ ਆਪਣਾ ਬਾਜਾ ਵੱਜ ਜਾਣਾ ਆਖੋ ਸਤਨਾਮ। ਤੇ ਹੁਣ ਤੁਸੀਂ ਪੁੱਛੋ, ਗਿਆਨੀ ਜੀ ਇਹ ਕਿੱਥੇ ਲਿਖਿਆ? ਹੁਣ ਅਸੀਂ ਰੁਮਾਲੇ ਹੀ ਨੇਕ ਪਾਤੇ ਆ, ਬਾਬਾ ਕੀ ਕਰੇ। ਰੁਮਾਲੇ ਦੇ ਥੱਲੇ ਲਿਖਿਆ ਪਿਆ, ਅੱਜ ਤੋਂ 700 ਸਾਲ ਪਹਿਲਾਂ, ਅੱਜ ਜਿਹੜੀ ਬਿਮਾਰੀ ਲੱਗ ਗਈ ਨਾ ਆਪਾਂ ਸਾਰਿਆਂ ਨੂੰ, ਇਹ 700 ਸਾਲ ਪਹਿਲਾਂ ਹੀ ਲਿਖਤੀ ਗੁਰੂ ਗ੍ਰੰਥ ਸਾਹਿਬ, ਪਰ ਕਦੇ ਲੱਗ ਹੀ ਨਹੀਂ ਆਉਂਦੇ। ਲਿਖਿਆ ਕਿੱਥੇ? ਬਾਬਾ ਫਰੀਦ ਸਾਹਿਬ ਪਹਿਲਾਂ ਹੀ ਦੱਸ ਗਏ ਸੀ, ਕਹਿੰਦੇ ਰੁੱਖੀ ਸੁੱਖੀ ਖਾਏ ਕੈ, ਬੋਲੋ ਜੀ ਬਾਣੀ, ਪਾਣੀ ਵੀ ਮਿਲਿਆ ਨਾਲੇ ਪੀ ਚੱਲੋ ਆਖੋ ਸਤਨਾਮ। ਰੁੱਖੀ ਸੁੱਕੀ ਖਾਏ ਕੈ, ਠੰਡਾ ਪਾਣੀ ਪੀਓ ਦੇਖ ਪਰਾਈ, ਨਾ ਤਰਸਾਏ
ਇਹਦਾ ਅਰਥ ਕੀ ਸੀ? ਇਹਦਾ ਅਰਥ ਇਹੋ ਸੀ ਵੀ ਤੇਰਾ ਕੱਚਾ ਘਰ ਤੇਰੇ ਦਾਦੇ ਦਾ, ਤੂੰ ਰੇੜੇ ਤੇ ਗੱਡੇ ਤੇ ਪੱਠਿਆਂ ਨੂੰ ਜਾਂਦਾ ਸੀ, 25 ਜੀ ਸੀ, ਕੱਪੜਾ ਦਾਦੇ ਦਾ ਪਾਟਾ ਹੁੰਦਾ ਸੀ, ਚਿਹਰਾ ਲਾਲ ਸੀ, ਤੇ ਜਦੋਂ ਰੋਟੀ ਖਾਂਦੇ ਸੀ ਗੰਢਾ ਰੱਖ ਕੇ ਤੇ ਕਹਿੰਦੇ ਸੀ ਸੱਚੇ ਪਾਤਸ਼ਾਹ ਤੇਰਾ ਲੱਖ ਸ਼ੁਕਰ ਆ, ਬੜਾ ਹੀ ਦਿੱਤਾ ਤੂੰ। ਅੱਜ ਪਿਆਰਿਓ ਸੋਨੇ ਦੀ ਥਾਲੀ ਵੀ ਹੈਗੀ, ਰੋਟੀ ਵੀ ਪਈ ਆ, ਖਾਣ ਵਾਲੇ ਦਾ ਟਾਈਮ ਨਹੀਂ, ਆਖੋ ਸਤਨਾਮ। ਉਹ ਭਜਾ ਫਿਰਦੇ ਹੀ ਸਾਰਿਆਂ ਦਾ ਇਹੋ ਹਾਲ ਹੈ, ਇਤਰਾ ਹੀ ਗਾਂਹ ਤੁਰ ਜਾਣਾ ਹੈ। ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ 1430 ਅੰਗ ਨਾਮ ਪੜਿਓ, ਆਹ ਮੇਰੀਆਂ ਦੋ ਕੁ ਪੰਕਤੀਆਂ ਦਾ ਧਿਆਨ ਦੇ ਦਿਓ। ਇੱਕ ਸੀ ਉਹਨਾਂ ਦੀ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ, ਅੱਗੇ ਜਿੰਨਾ ਖਾਧੀ ਘਰੇ ਸਹਿਣਗੇ। ਆ ਚੋਪੜੀ ਨੇ ਮਾਰਿਆ ਸਾਰਿਆਂ ਨੂੰ, ਹੁਣ ਖਿਲਰੇ ਫਿਰਦੇ, ਕੋਈ ਇਟਲੀ ਬੈਠਾ, ਕੋਈ ਜਰਮਨ ਬੈਠਾ, ਕੋਈ ਇੰਗਲੈਂਡ ਬੈਠਾ ਹੀ, ਕਿਸੇ ਕੋਲ ਟਾਈਮ ਨਹੀਂ ਮਰਨ ਵਾਸਤੇ ਵੀ। ਮੈਂ ਵੇਖਿਆ, ਮੈਂ ਖੁਦ ਦਿਹਾੜੀ ਕੀਤੀ, ਆਖੋ ਸਤਨਾਮ। ਕਿਸੇ ਵਾਸਤੇ ਟਾਈਮ ਨਹੀਂ, ਨਾ ਗੁਰੂ ਗ੍ਰੰਥ ਸਾਹਿਬ ਲਈ, ਨਾ ਗੁਰਦੁਆਰੇ ਲਈ, ਨਾ ਆਪਣੀ ਪਤਨੀ ਲਈ, ਨਾ ਬੱਚਿਆਂ ਦੀ, ਤੇ ਜਾਣਾ ਕਿੱਥੇ ਆ? ਕਿਹਦੇ ਲਈ ਇਕੱਠਾ ਕਰਨ ਦਾ 5-5 ਲੱਖ ਮਹੀਨੇ ਦਾ ਕਮਾ ਕੇ? ਕਦੇ ਸੋਚ ਕੇ ਵੇਖਿਓ ਬਹਿ ਕੇ। ਬਾਣੀ ਚ ਇੱਕ ਪੰਗਤੀ ਆਉਂਦੀ, ਵੀਰ ਜੀ ਬੈਠੇ, ਕਿਆ ਪੜੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਪੜ੍ਹੇ ਸੁਣੇ ਕਿਆ ਹੋਈ ਜਾਓ। PhD ਕਰ ਲਈ ਕੀ ਫਾਇਦਾ? ਬਾਣੀ ਕਹਿੰਦੀ ਪੜ੍ਹੇ ਲਿਖੇ ਦਾ ਜੇ ਤੇਰੇ ਕੋਲ ਸਹਿਜ ਹੀ ਨਹੀਂ ਹੈਗੀ। ਮੈਂ ਜੇ ਵੀ ਆਪਦੇ ਦਾਦੇ ਨੂੰ ਵੇਹਣਾ ਹੁਣ ਤੇ ਚੱਲ ਵਸੇ, ਉਹਨਾਂ ਜਦੋਂ ਰੋਟੀ ਖਾਣੀ ਭਾਵੇਂ ਚਾਰ ਨਾ ਹੋਵੇ, ਤੇ ਰੋਟੀ ਫੜ ਕੇ ਨਾ 5-7 ਮਿੰਟ ਪਤਾ ਨਹੀਂ ਕੀ ਬੋਲਣਾ, ਤੇ ਮੈਂ ਕਹਿਣਾ ਬਾਪੂ ਇਹ ਕੀ ਕਹਿਣਾ ਸ਼ੁਕਰ। ਹੱਸਦੇ ਚਿਹਰੇ ਸੀ, 100 ਸਾਲ ਉਮਰ ਸੀ ਉਹਨਾਂ ਦੀ, ਆਖੋ ਸਤਨਾਮ। ਕੋਈ ਦਵਾਈ ਨਹੀਂ, ਕੁਛ ਨਹੀਂ, ਤੇ ਚੜ੍ਹਦੀ ਕਲਾ ਸਰੀਰ ਦੀ ਮਾਲਿਸ਼ ਕਰੀ ਜਾਣੀ, ਤੇਲ ਲਾ ਕੇ ਦੁੱਧ ਗਰਮ ਕਰਕੇ ਛਕਣਾ। ਤੇ ਅੱਜ ਮੈਂ ਉਹ ਸਮਾਂ ਨਿੱਕੀ ਹੁੰਦੇ ਨੇ ਵੇਖਿਆ, ਅੱਜ ਮੈਂ ਕਹਿੰਦਾ ਪੱਲੇ ਕੱਖ ਨਹੀਂ ਰਹਿ ਗਿਆ ਕਿਸੇ ਦੇ। ਕਦੀ ਸਿਰ 'ਚ ਤੇਲ ਲਾਇਆ, ਕਿੰਨੇ ਸਾਲ ਉਹ ਚੱਲੇ ਜੇ ਹੈਂ, ਕਦੇ ਚੰਗਾ ਰੋਟੀ ਪਾਣੀ ਖਾਧਾ, ਪੈਸਾ 4 ਲੱਖ ਉਹਨੂੰ ਬਣਿਆ ਹੋਏ, ਮੈਨੂੰ 5 ਬਣ ਜੇ, ਉਹ 6 ਬਣ ਜੇ। ਤੇ ਬਾਣੀ ਕਹਿੰਦੀ ਸਹਿਸ ਖੱਟੇ ਲੱਖ ਕੋਠ ਧਾਵੈ ਤ੍ਰਿਪਤ ਨਾ ਆਵੈ। ਬਾਣੀ ਗੱਲਾਂ ਕਰਦੀ ਹੈ, ਪਰ ਬਾਣੀ ਕੋਲ ਇੱਥੇ ਮਾਂ ਕੋਲ ਗੱਲਾਂ ਕਰਨ ਲਈ ਟਾਈਮ ਨਹੀਂ। ਜਿਹਨੇ ਜਨਮ ਦਿੱਤਾ, ਪਾਲਿਆ ਪੋਸਿਆ, ਉਹ ਤਰਲੇ ਲੈਂਦੀ, ਪੁੱਤ ਆ ਜਾ, ਮੈਨੂੰ ਡਾਕਟਰਾਂ ਕਿਹਾ ਤੇਰੇ ਤੂੰ ਠੀਕ ਨਹੀਂ, ਜਵਾਬ ਦੇ ਤਾ, ਮਿਲ ਜਾ। ਕਹਿੰਦੇ ਮਾਤਾ ਪੈਸੇ ਪਾ ਦੇਣਾ, ਮਿਲਣਾ ਨਹੀਂ, ਆਖੋ ਸਤਨਾਮ। ਅਸੀਂ ਤਾਂ ਆਪਣੀ ਮਾਂ ਨੂੰ ਨਹੀਂ ਮਿਲ ਰਹੇ, ਤੇ ਗੁਰੂ ਗ੍ਰੰਥ ਸਾਹਿਬ ਨੂੰ ਕੌਣ ਮਿਲੇਗਾ? ਆਵੋ ਸਿੱਖ ਸਤਿਗੁਰ ਕੇ ਗਾਓ। ਰੁੱਖ ਦੇ ਥੱਲੇ ਚਿਹਰੇ ਤੇ ਉਹਦੇ ਨੂਰ, 100 ਸਾਲ ਤੋਂ ਉਮਰ ਉਹਦੀ ਉੱਪਰ ਸੀ, ਤੇ ਬੜੀ ਡੂੰਘੀ ਸੁਰਤ 'ਚ ਬੈਠਾ, ਬੜਾ ਆਨੰਦ ਲੈ ਰਿਹਾ। ਤੇ ਇੱਕ ਮੇਰੇ ਵਰਗਾ ਲੱਕੜਾਂ ਕੱਟਦਾ ਕੱਟਦਾ ਉਹਦੇ ਕੋਲ ਆਇਆ, ਤੇ ਇੱਕ ਦਿਨ ਫਕੀਰ ਦੀ ਅੱਖ ਖੁੱਲੀ। ਧਿਆਨ ਨਾਲ ਸੁਣ ਲਿਓ ਨਕਸ਼ਾ, ਟਾਈਮ ਹੀ ਉਹ ਚੱਲਿਆ। ਉਹ ਜਦੋਂ ਕੋਲੇ ਆਇਆ ਤੇ ਫਕੀਰ ਕਹਿੰਦਾ ਕਾਕਾ ਉਰੇ ਆ, ਬਹਿ ਜਾ ਇੱਥੇ। ਕਹਿੰਦਾ ਮੈਨੂੰ 12-13 ਸਾਲ ਹੋ ਗਏ ਤੇਰੇ ਵੱਲੇ ਵੇਂਹਦਿਆਂ, ਵੀ ਤੂੰ ਰੋਜ਼ ਆਉਣਾ ਏ, ਸਵੇਰੇ ਸ਼ਾਮਾਂ ਨੂੰ ਪੰਡ ਚੱਕ ਕੇ ਮੁੜ ਜਾਂਦਾ ਏ, ਕੋਈ ਤਰੱਕੀ ਤਰੁੱਕੀ ਨਹੀਂ ਕੀਤੀ? ਉਹ ਕਹਿੰਦਾ ਬਾਬਾ ਗਰੀਬਾਂ ਦੀ ਕਾਹਦੀ ਤਰੱਕੀ, ਆਹ ਲੱਕੜਾਂ ਕੱਟਦਾ ਏ, ਕੋਲੇ ਬਣਾ ਕੇ ਵੇਚਦਾ ਤੇ ਰੋਟੀ ਪੂਰੀ ਹੁੰਦੀ ਹੈ। ਕਹਿੰਦੇ ਇੱਥੋਂ 20 ਕਿਲੋਮੀਟਰ ਅੱਗੇ ਚੱਲ ਜਾ, ਦੱਸੀ ਨਾ ਕਿਸੇ ਨੂੰ, ਉੱਥੇ ਚੰਦਣ ਦੇ ਦਰਖਤ ਹੈ, ਜਾਂ ਤੇਰੀ ਤਰੱਕੀ ਹੋ ਜੂਗੀ, ਸਮਝਾਉਣ ਲਈ ਹੈ। ਉੱਥੇ ਚਲੇ ਗਿਆ, ਸਾਲ ਇੱਕ ਉੱਥੋਂ ਲੱਕੜਾਂ ਲਿਜਾਂਦਾ ਰਿਹਾ ਚੰਦਨ ਦੀਆਂ, ਥੋੜ੍ਹਾ ਜਿਹਾ ਕੁੜਤਾ ਨਵਾਂ ਮਿਲ ਗਿਆ, ਥੋੜ੍ਹਾ ਜਿਹਾ ਵਧੀਆ। ਮੈਂ ਗੱਲ ਕਿੱਥੇ ਲਿਜਾਣੀ ਤੁਸੀਂ ਸਮਝ ਲਿਓ, ਵੀ 100 ਸਾਲ ਦਾ ਨਕਸ਼ਾ ਖਿੱਚ ਕੇ ਦੇ ਦੇਣਾ ਤੁਹਾਨੂੰ, ਤੁਸੀਂ ਮੇਰੇ ਵੱਡੇ ਆ,
ਤੇ ਇਸੇ ਚੀਜ਼ ਸਕੂਨ ਆ। ਕਥਾ ਇਸੇ ਲਈ ਬਣਾਈ ਮਰਗ ਦੇ ਭੋਗ ਤੇ ਵੀ ਉਹ ਤਾਂ ਚਲੇ ਗਿਆ ਵੀਰ ਸਾਡਾ, ਉਹਨੇ ਤਾਂ ਨੀ ਸੁਣਨੀ ਹੁਣ ਕਥਾ। ਇਹ ਆਪਣੇ ਵਾਸਤੇ ਤੁਮ ਰੋਵੋਗੇ ਉਸ ਨੂੰ, ਤੁਮਕੋ ਕੌਣ ਰੋਈ, ਵੀ ਤੁਹਾਨੂੰ ਕੌਣ ਰੋਊਗਾ। ਇਸ ਕਰਕੇ ਮਹਾਰਾਜ ਸਾਹਿਬ ਨੇ ਮਰਜ਼ਾਦਾ ਚਲਾਈ ਸੀ ਵੀ ਭਰਾਵਾ ਹੁਣ ਤੇ ਉਹ ਵੀ ਬੰਦ ਹੁੰਦੀ ਜਾਂਦੀ। ਖੰਡ ਪਾਠ ਵੀ ਲੋਕੀ ਕਰਾਉਣੋਂ ਹਟ ਗਏ, ਸਹਿਜ ਪਾਠ ਵੀ ਹੁਣ ਸੁਖਮਣੀ ਸਾਹਿਬ ਵੇਖੋ ਕਿੰਨੇ ਸਾਲ ਚੱਲਦਾ, ਤੇ ਜਪਜੀ ਸਾਹਿਬ 38 ਪੌੜੀਆਂ ਵੀ ਗਿਆ, 40 ਦਾ ਆਨੰਦ ਸਾਹਿਬ ਸੀ ਉਹ ਵੀ ਕੋਈ ਕੋਈ ਗ੍ਰੰਥੀ ਪੂਰਾ ਪੜ੍ਹਦੇ, ਨਹੀਂ ਤੇ 5 ਪੌੜੀਆਂ ਹੀ ਪੜ੍ਹ ਦਿੰਦੇ। ਤੇ ਜੇ ਗੱਲ ਆ ਗਈ ਕਥਾ ਕੀਰਤਨ ਤੇ, ਇਹ ਸੇਵਾ ਕਿੰਨੀ ਕੁ ਆ, ਉਹ ਕਹਿੰਦੇ ਵੀ 3100 ਰੁਪਈਆ ਵਧੀਆ ਰਾਗੀ ਜਥਾ 5500 ਹੈ ਨਾ, ਇੰਨਾ ਕੀ ਜ਼ਿਆਦਾ ਨਹੀਂ, ਬੜੇ ਪੈਸੇ ਜ਼ਿਆਦੇ ਆ। ਚਲੋ ਆਪਾਂ ਇੱਦਾਂ ਕਰੀਏ, ਆਪਾਂ ਰਹਿਣ ਨਾ ਦਈਏ। ਕਹਿੰਦੇ ਆਹੋ ਆ ਵੀ ਗੱਲ ਸਹੀ ਆ ਵੀ ਸੁਣਦਾ ਤੇ ਕੋਈ ਹੈ ਨਹੀਂ ਆ, ਤੇ ਬਾਬੇ ਨੂੰ ਕਵਾਂਗੇ 10 ਮਿੰਟ ਕਥਾ ਕਰ ਦੂ ਪਿੰਡ ਵਾਲਾ ਭਾਈ, ਛੱਡੋ ਖੜਾ। ਸੱਚਾਈ ਆ, ਜਿੱਥੋਂ ਗਿਆਨ ਮਿਲਣਾ ਸੀ 4-3 ਹਜ਼ਾਰ ਦੇ ਬਦਲੇ ਉਹ ਕੰਮ ਹੀ ਛੱਡਤਾ, ਜਿੱਥੇ ਬੇੜਾ ਗਰਕ ਹੋਣਾ ਸੀ ਉੱਥੇ 3 ਲੱਖ ਰੁਪਈਆ ਉੱਤੋਂ ਹੀ ਸੁੱਟਤਾ। ਕਦੀ ਕਿਸੇ ਨੇ ਖਿਆਲ ਨਹੀਂ ਕੀਤਾ। ਮੇਰੇ ਆਪਣੇ ਘਰ 'ਚ ਵਿਆਹ ਸੀ ਤੇ ਮੇਰਾ ਮਾਸੜ ਬੈਂਕ ਗਿਆ, ਕਹਿੰਦਾ ਦੱਥੀਆਂ ਨਵੀਆਂ ਨਵੀਆਂ ਦੇ ਕਾਕਾ 12 ਸਾਲਾਂ ਬਾਅਦ ਅਮੈਰੀਕਾ 'ਚੋਂ ਆਇਆ ਮੇਰਾ ਪੁੱਤ, 100 ਵਾਲੀਆਂ ਦੱਥੀਆਂ ਨਵੀਆਂ, 250 ਵਾਲੀਆਂ। ਮੈਂ ਕਿਹਾ ਕਰਨੇ ਕੀ ਆ, ਕਹਿੰਦੇ ਖੁਸ਼ੀ ਦੇ ਮਾਹੌਲ 'ਚ ਸੁੱਟਾਂਗੇ। ਇੱਥੋਂ ਪਤਾ ਲੱਗਦਾ ਵੀ ਜਦੋਂ ਗੁਰੂ ਦੀ ਵਾਰੀ ਆਈ ਤੇ ਨੋਟ ਵੀ ਗਲੇ ਮਿਲੇ ਤੇ ਲੱਤਾਂ ਵੀ ਨਹੀਂ ਤੁਰੀਆਂ ਗੁਰੂ ਘਰ ਨੂੰ, ਤੇ ਦੂਜੇ ਪਾਸੇ ਸਭ ਕੁਝ ਚੜ੍ਹਦੀ ਕਲਾ। ਇਹਨੂੰ ਕਹਿੰਦੇ ਪਤਨ ਹੋ ਜਾਣਾ ਆਪਣਾ ਆਖੋ ਸਤਨਾਮ, ਪਤਨ ਦੀ ਨਿਸ਼ਾਨੀ ਹੈ। ਕਿਉਂਕਿ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਤੇ ਉਸ ਫਕੀਰ ਨੇ ਆਖਿਆ ਕਾਕਾ ਉਰੇ ਆ, ਮੈਨੂੰ ਤੇਰੇ ਤੇ ਤਰਸ ਆਉਂਦਾ, ਤੇਰੇ ਲੀੜਿਆਂ ਤੇ ਤਰਸ ਆਉਂਦਾ, ਜਾ 20 ਕਿਲੋਮੀਟਰ ਅੱਗੇ ਚੱਲ ਜਾ, ਚੰਦਨ ਵੇਚਿਆ ਕਰ। ਉਹ ਸਾਲ ਇੱਕ ਪਿਓ ਦਾ ਪੁੱਤ ਉੱਥੇ ਬੈਠਾ ਰਿਹਾ, ਫਕੀਰ ਨੇ ਫਿਰ ਆਵਾਜ਼ ਮਾਰੀ, ਕਹਿੰਦਾ ਉਹ ਤੂੰ ਫਿਰ ਇੱਥੇ ਤੁਰਿਆ ਫਿਰਦਾ। ਕਹਿੰਦਾ ਵੀ ਵਧੀਆ, ਕਹਿੰਦਾ ਪੈਸੇ 4 ਬਣਦੇ ਆ ਤੇ ਫਿਰਨਾ ਹੀ ਆ। ਕਹਿੰਦਾ ਹੋਰ ਅੱਗੇ ਹੋ ਜਾ 20 ਕਿਲੋਮੀਟਰ। ਅੱਗੇ ਕੀ ਮਿਲਿਆ, ਚਾਂਦੀ ਦੀ ਖਾਣ। ਉਹ ਫਿਰ ਸਾਲ ਉੱਥੇ ਲਾਇਆ, ਉਹ ਕਹਿੰਦਾ ਹੋਰ ਗਾਂ ਹੋ ਜਾ, ਅੱਗੇ ਸੋਨੇ ਦੀ ਖਾਣ। 5ਵੀਂ ਥਾਂ ਤੇ ਗਾਂ ਕਰਤਾ, 50 ਸਾਲ ਬੀਤ ਗਏ, ਦਾੜਾ ਚਿੱਟਾ ਹੋ ਗਿਆ ਸਿਰ। ਉੱਥੇ ਉਹਨੂੰ ਹੀਰੇ ਮੋਤੀ ਮਿਲੇ, ਇਹੋ ਜਿਹਾ ਬਿਜ਼ਨਸਮੈਨ ਬਣਿਆ, ਮੁੜਕੇ ਨਹੀਂ ਆਇਆ ਆਖੋ ਸਤਨਾਮ। ਤੁਸੀਂ ਸਮਝ ਰਹੇ ਹੋ, ਮੇਰਾ ਦਾਦਾ ਜਿਹੜਾ ਸੀ ਨਾ, ਉਹਨੇ ਰੋਜ਼ ਦਾਦੀ ਤੇ ਦਾਦੇ ਨੇ ਸਵੇਰੇ ਵੀ ਗੁਰਦੁਆਰੇ ਜਾਣਾ ਤੇ ਰਾਤ ਨੂੰ ਵੀ ਜਾਂਦੇ ਸੀ, ਤੇ ਡੈਡੀ ਹੋਣੀ ਐਤਵਾਰ ਤੇ ਆ ਗਏ, ਤੇ ਅਸੀਂ ਹੁਣ ਮਹੀਨੇ ਬਾਅਦ, ਤੇ ਜਿਹੜੇ ਮੇਰੇ ਘਰੇ ਜੰਮਿਆ ਬੱਚਾ, ਮੇਰੇ ਬੱਚੇ ਆ, ਉਹ ਗੁਰਦੁਆਰੇ ਦਾ ਨਾਂ ਲੈਣ ਤੋਂ ਵੀ ਡਰਦੇ ਆ। ਕਥਾ ਕੀਰਤਨ 'ਚ ਬੱਚੇ ਵੇਖੇ ਕਦੇ ਤੁਸੀਂ? ਆ ਮੈਂ ਹੈਰਾਨ, ਯੂਪੀ ਗਏ, ਬੰਬੇ ਗਏ, ਜੰਮੂ ਗਏ, ਰਾਂਚੀ ਜਾ ਕੇ ਆਏ ਹੈ, ਬਾਹਰਲੇ ਦੇਸ਼। ਮੈਂ ਕਹਿੰਦਾ ਪੰਜਾਬ ਨੂੰ ਕਿਹਦੀ ਨਜ਼ਰ ਲੱਗ ਗਈ ਓਏ, ਆ ਸਟੇਟਾਂ ਬਾਹਰਲੀਆਂ 'ਚ ਜਿੰਨੇ ਸਿੱਖ ਪਰਿਵਾਰ ਨੇ ਸਾਰੇ ਕਿੱਸਾਧਾਰੀ, ਸਾਡਾ ਕੋਈ ਮੁੰਡਾ ਵੀ ਨਹੀਂ ਲੱਭਣ ਦਿਆ, ਅਸੀਂ ਕਿੱਧਰ ਜਾਵਾਂਗੇ ਆਖੋ ਸਤਨਾਮ। ਹਿੰਦੂ ਆਪਦੇ ਧਰਮ 'ਚ ਪੱਕੇ, ਮੁਸਲਮਾਨ ਆਪਦੇ, ਈਸਾਈ ਆਪਦੇ, ਅਸੀਂ ਆਪਣੇ ਆਪ ਨੂੰ ਸਰਦਾਰ ਕਹਾਉਣੇ ਤੇ ਗੁਰੂ ਗੋਬਿੰਦ ਸਿੰਘ ਦੀਆਂ ਅੱਖਾਂ 'ਚ ਪਾਣੀ ਆ। ਜਿਹੜੀ ਟਰਾਲੀ ਆਨੰਦਪੁਰ ਨੂੰ ਜਾਵੇ ਵਿੱਚ 50 ਮੁੰਡੇ ਤਾਸ਼ਾਂ ਖੇਡਣ, DJ ਲਾਏ, 1 ਦੇ ਵੀ ਪੱਗ ਨਹੀਂ। ਤੇ ਲੰਗਰਾਂ ਦੇ ਉੱਤੇ ਮੈਂ ਵੀਡੀਓ ਪਾਈ ਤੇ ਉਹ ਮੈਨੂੰ ਕਈਆਂ ਨੇ ਬੜਾ ਕਿਹਾ, 12,727 ਪਿੰਡ ਆ ਪੰਜਾਬ ਦਾ, ਤੇ ਕਰੀਬ ਕਰੀਬ ਮੇਰੇ ਖਿਆਲ 1.5-2 ਹਜ਼ਾਰ ਕਰੋੜ ਦਾ ਲੰਗਰ ਹੀ ਲਾਤਾ। ਪਤਾ ਨਹੀਂ ਕਿਹੜੇ ਪੁੱਠੇ ਕੰਮ ਕਰਦੇ, ਇੱਕ ਗੁਰਦੁਆਰੇ ਬਣਾਈ ਜਾਂਦੇ, ਇੱਕ ਲੰਗਰ ਲਾਈ ਜਾਂਦੇ, ਸਕੂਲ ਨਹੀਂ ਕੋਈ ਬਣਾਉਂਦਿਆ, ਹਸਪਤਾਲ ਨਹੀਂ ਕੋਈ ਬਣਾਉਂਦਿਆ। ਇੱਕ ਬਣਾਇਆ ਸੀ
ਉਹ ਵੀ ਠੇਕੇ ਦੇਤਾ ਖੁਸਾ ਤਾਂ ਮੈਂ ਆਪਦੇ ਦਾਦੇ ਨਾਲ ਗਿਆ ਸੀ ਛੋਟਾ ਹੁੰਦਾ ਉਦੋਂ ਮੇਰੇ ਖਿਆਲ ਸੱਤਵੀਂ ਅੱਠਵੀਂ 'ਚ ਅਤੇ ਉਹਦੀ ਨੀਂਹ ਰੱਖੀ ਕਹਿੰਦੇ ਆਪਣਾ ਹਸਪਤਾਲ ਬਣਾਉਣ ਲੱਗੇ ਬਾਬੇ ਅਸੀਂ ਬੜੇ ਖੁਸ਼ ਅਤੇ ਅੱਜ ਦਾੜਾ ਮੂੰਹ 'ਤੇ ਅਤੇ ਮੇਰੀ ਮਾਂ ਬਿਮਾਰ ਭੈਣੋ ਅਤੇ ਮੈਂ ਕਿਹਾ ਆਪਣਾ ਹੋਊਗਾ ਆਪਾਂ ਹੱਥੀਂ ਟੋਕਰੀਆਂ ਸੁੱਟੀਆਂ ਸਭ ਕੁਝ ਜਦੋਂ ਗਏ ਅਤੇ ਉਹ ਕਹਿੰਦੇ ਪੈਸੇ ਲਿਆਓ ਅਤੇ ਹਾਂ ਬਾਬਾ ਜੀ ਹੋਣੀ ਕਿੱਥੇ ਕਹਿੰਦੇ ਬਾਬਾ ਜੀ ਹੋਣੀ ਤਾਂ ਕਨੇਡਾ ਗਏ ਆਖੋ ਸਤਨਾਮ ਉੱਥੋਂ ਇਕੱਠੇ ਕਰਕੇ ਲਿਆਉਣੇ ਨਾ ਬਥੇਰੇ ਆ ਜਿੰਨੇ ਸਾਧ ਆ ਨਾ ਮੈਂ ਨਿੰਦਿਆ ਨਹੀਂ ਕਰਦਾ ਕੱਖ ਨਹੀਂ ਕੌਮ ਦਾ ਕਰਨ ਦਾ ਬਾਹਰ ਚੱਲ ਜਾਂਦੇ ਉੱਥੇ ਜਿੰਨੇ ਸਾਡੇ ਮੁੰਡੇ ਪੁਰਾਣੇ ਬਜ਼ੁਰਗ ਜੁੜੇ ਆ ਉਹ ਦੇ ਤੇਰੇ ਦੀ ਪੈਸੇ ਮੱਥਾ ਟੇਕੀ ਜਾਂਦੇ ਇੱਕ ਇੱਕ ਸਾਧ ਦੋ ਦੋ ਕਰੋੜ ਰੁਪਈਆ ਲੈ ਆਉਂਦਾ ਦੋਈ ਮਹੀਨੇ ਅਤੇ ਕੌਮ ਨੂੰ ਕੀ ਦਿੱਤਾ ਇਹਨਾਂ ਨੇ ਕਿਤਾਬ ਦਿੱਤੀ ਕਦੇ ਕਿਸੇ ਨੂੰ ਕੋਈ ਕਦੀ ਪੋਥੀ ਵੰਡੀ ਹੋਵੇ ਕਿਤੇ ਹੈ ਦਿਲ ਇੱਥੋਂ ਰੋਂਦਾ ਪਿਆਰੇ ਉਹ ਬਹੁਤ ਔਖਾ ਏ ਪਰ ਮੈਂ ਕੀ ਕਰ ਸਕਦਾ ਮੈਂ ਆਪਣਾ ਫਰਜ਼ ਨਿਭਾ ਜਾਣਾ ਤੁਸੀਂ ਆਪਣਾ ਆਪਾਂ ਭਾਣੇ 'ਚ ਹੀ ਬੈਠੇ ਨਾ ਸਾਰੇ ਆਖੋ ਸਤਨਾਮ ਉਹਨੇ ਜਦੋਂ ਪੰਜਵੀਂ ਥਾਂ 'ਤੇ ਉਹਨੂੰ ਭੇਜਤਾ ਅਤੇ ਉਹ ਕਰੋੜਪਤੀ ਬਣ ਗਿਆ ਅਤੇ ਇੱਕ ਦਿਨ ਸਾਧੂ ਸ਼ਹਿਰ ਨੂੰ ਗਿਆ ਉੱਠ ਕੇ ਅਤੇ ਉਸ ਮਹਾਂਪੁਰਖ ਦੀ ਨਿਗਾਹ ਪਈ ਵੀ ਉਹ ਸੋਨੇ ਦੀ ਗੱਡੀ ਦੇ ਵਿੱਚ ਲੰਘ ਰਹੇ ਦੋਵੇਂ ਜੀ ਜਿੱਦਾਂ ਸ਼ੇਖਾਂ ਕੋਲ ਆ ਨਾ ਬਾਹਰ ਉਹਦੀ ਨਿਗਾਹ ਪੈ ਗਈ ਵੀ ਇਹਦੇ ਬਾਬਾ ਜੀ ਉਹ ਹੀ ਆ ਉਹਨੇ ਫਟਾਫਟ ਗੱਡੀ ਰੋਕੀ ਅਤੇ ਮਹਾਂਪੁਰਖਾਂ ਦੇ ਪੈਰੀ ਪਿਆ ਕਹਿੰਦਾ ਮਹਾਂਪੁਰਖੋ ਧੰਨ ਭਾਗ ਮੇਰੇ ਸ਼ਹਿਰ 'ਚ ਚਰਨ ਪਾਏ ਘਰੇ ਚੱਲੀਏ ਉਹ ਕਹਿੰਦੇ ਰਹਿਣ ਦੇ ਸਾਨੂੰ ਘਰ ਘੁਰ ਕੋਈ ਨਹੀਂ ਹੈਗਾ ਕਿਸੇ ਦਾ ਵੀ ਅਸਲੀ ਘਰ ਮੜੀਆਂ ਵਾਂ ਆਖੋ ਸਤਨਾਮ ਗੁਰੂ ਗ੍ਰੰਥ ਸਾਹਿਬ ਦੀ ਰਮਤਾ ਮੜੀਆਂ 'ਚ ਹੋਈ ਨਾ ਉੱਥੇ ਸੰਤ ਘਾਟ ਸੁਲਤਾਨਪੁਰ ਆਪਾਂ ਕਿੱਡੀ ਪਵਿੱਤਰ ਧਰਤੀ 'ਤੇ ਹੈ ਜਿੱਥੇ ਮਹਾਰਾਜ ਨੇ ਉਚਾਰਿਆ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਅਤੇ ਬੇਬੇ ਨਾਨਕੀ ਗਈ ਵੀਰ ਨੂੰ ਵੇਖ ਕੇ ਕਹਿੰਦੀ ਬਾਬਾ ਮੜੀਆਂ 'ਚ ਬੈਠਾ ਕੀ ਹੋਇਆ ਜੀ ਕਹਿੰਦੇ ਬੇਬੇ ਤੂੰ ਵੀ ਬਹਿ ਜਾ ਕਹਿੰਦੀ ਮੈਂ ਸਦਕੇ ਜਾਵਾਂ ਮੇਰਾ ਐਡਾ ਸੋਹਣਾ ਘਰ ਹੈ ਮੜੀਆਂ 'ਚ ਬਾਬੇ ਨਾਨਕ ਨੇ ਉਦਨ ਹੀ ਇਸ਼ਾਰਾ ਕਰਤਾ ਸੀ ਕਹਿੰਦੇ ਸਾਰਿਆਂ ਦਾ ਅਸਲੀ ਘਰ ਜਿਹਦੇ ਵੱਲ ਧਿਆਨ ਨਹੀਂ ਕਿਸੇ ਦਾ ਆਹ ਜਿਹੜੇ ਆਪਾਂ ਘਰ ਬਣਾਉਂਦੇ ਇੰਨਾ ਇੰਨਾ ਪੈਸਾ ਲਾ ਕੇ ਇਹ 'ਚ ਰਹਿਣ ਦੇਣਾ ਕਿ ਇੱਕ ਨਹੀਂ ਵੱਜਣ ਦੇਣਾ ਅਗਲੇ ਕਹਿੰਦੇ ਆ ਗਏ ਸਾਰੇ ਜਿਹੜਾ ਨਹੀਂ ਆਇਆ ਮੜੀਆਂ 'ਚ ਆ ਜੂ ਆਖੋ ਸਤਨਾਮ ਸ੍ਰੀ ਤਾਂ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਕੋਠੇ ਮੰਡਪ ਮਾੜੀਆਂ ਉਸਾਰਿਆਂ ਦੇ ਪੀ ਗਏ ਊੜਾ ਸੌਦਾ ਕਰ ਗਏ ਗੋਰੀ ਆਏ ਗੋਰ ਕਹਿੰਦੇ ਮੜੀ ਨੂੰ ਕਹਿੰਦੇ ਦੋ ਨੰਬਰ ਦੇ ਕੰਮ ਕਰ ਕਰਕੇ ਟਰੰਕ ਭਰ ਕੇ ਪੈਸਿਆਂ ਦੇ ਅਤੇ ਪਿਓ ਦਿਆਂ ਪੁੱਤਾਂ ਨੂੰ ਚੁੱਕ ਕੇ ਮੜੀਆਂ 'ਚ ਮਾਰਿਆ ਅਗਲਿਆਂ ਨੇ ਬੋਲੋ ਵਾਹਿਗੁਰੂ ਇਹ ਪੰਗਤੀ ਦੇ ਅਰਥ ਆ ਜੀ ਬਾਣੀ ਵੱਲ ਧਿਆਨ ਨਹੀਂ ਕੋਈ ਦਿੰਦਾ ਜੀ ਤੁਸੀਂ ਜ਼ਰੂਰ ਆ ਚਿਹਰੇ ਬੈਠੇ ਸਿੰਘ ਸਾਹਿਬ ਹੋਣੀ ਆ ਮਾੜਾ ਜਿਹਾ ਚਿਹਰਾ ਹਿਲਾਉਣੇ ਅਤੇ ਅਸੀਂ ਬੋਲੀ ਜਾਂਦੇ ਗਾਂਹ ਨਹੀਂ ਦੀਦਾ ਕੋਈ ਆਉਣ ਵਾਲੇ ਦਸਾਂ ਸਾਲਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਕੋਈ ਇੱਦਾਂ ਵਿਆਹ ਕਰੂਗਾ ਕਥਾ ਕੀਰਤਨ 'ਚ ਦੇ ਲੱਛਣ ਹੀ ਮਾੜੇ ਆ ਡੁੱਬ ਜਾਣਾ ਅਸੀਂ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਬਾਬੇ ਫਰੀਦ ਸਾਹਿਬ ਜੀ ਕਹਿੰਦੇ ਕੂੜਾ ਸੌਦਾ ਕਰ ਗਏ ਬੜੇ ਮਾੜੇ ਕੰਮ ਕਰ ਕਰਕੇ ਪੇਟੀਆਂ ਭਰਤੀਆਂ ਪੈਸਿਆਂ ਦੀਆਂ ਆ ਵੇਖੋ ਹੁਣ ਕੇਜਰੀਵਾਲ 4500 ਕਰੋੜ ਬੱਲੇ ਬੱਲੇ ਅਤੇ ਕਿੱਥੇ ਆਉਂਦੇ ਸੀ ਆਪਾਂ ਨੇ ਸੇਵਾ ਕਰਨੀ ਆ ਜਿਹੜਾ ਬੇੜਾ ਤਰੇ ਕਿੱਥੋਂ ਸੇਵਾ ਕਰਨਗੇ ਅਤੇ ਉਹ ਇੰਨਾ ਪੈਸਾ ਅਤੇ ਬਾਣੀ ਕਹੀ ਜਾਂਦੀ ਗੋਰੀ ਆਏ ਪਏ ਵੀ ਸਾਰਾ ਕੁਝ ਰੱਖ ਕੇ ਹੱਥੀਂ ਜਿੰਦਰੇ ਲਾ ਕੇ ਅਤੇ ਮੜੀਆਂ 'ਚ ਪੈ ਗਏ ਜਾ ਕੇ ਮੁੜ ਕੇ ਕਿੰਨੇ ਮਾਰੇ ਕਹਿੰਦੇ ਇੱਟ ਸਰਾਣੇ ਭੋਏ ਸਵਣ ਮੁਰਦੇ ਨੂੰ ਜਦੋਂ ਕਵਰ 'ਚ ਪਾਉਂਦੇ ਨਾ ਉਹ ਸਰਾਣੇ ਇੱਟ ਰੱਖਦੇ ਆ ਗੱਦਾ ਨਹੀਂ ਅਤੇ ਭੁੰਜੇ ਪਾ ਕੇ ਇੱਟ ਸਰਾਣੇ ਭੋਏ ਸਵਣ ਕੀੜਾ ਲੜਿਓ ਮਾਸ ਕਹਿੰਦੇ ਸਾਰੀ ਬਾਡੀ ਦੇ ਵਿੱਚ ਕੀੜੇ ਕੀੜੇ ਕੇਤੜਿਆਂ ਯੁੱਗ ਵਾਪਰੇ ਇੱਕਤ ਪਿਆ ਪਾਸ ਕਹਿੰਦੇ ਪਾਸਾ ਵੀ ਨਹੀਂ ਬਦਲਿਆ ਗਿਆ ਕਈ ਸਾਲ ਹੋ ਗਏ ਉੱਥੇ ਹੀ ਪਏ ਆਖੋ ਸਤਨਾਮ ਸ੍ਰੀ
ਤੇ ਉਹ ਫਕੀਰ ਨੂੰ ਘਰੇ ਲੈ ਗਿਆ ਤੇ ਦੋਵੇਂ ਜੀ ਪੈਰਾਂ 'ਚ ਬਹਿ ਕੇ ਸੇਵਾ ਕੀਤੀ ਤੇ ਰੋਣ ਲੱਗ ਪਏ। ਰੋਣ ਵੱਡੇ ਵੱਡੇ ਜੋ ਦੀਸੈ ਲੋਕ ਤਿਨਕੋ ਵਿਆਪੈ ਚਿੰਤਾ ਰੋਗ। ਉਹ ਮਹਾਂਪੁਰਖ ਕਹਿੰਦਾ ਭਲਿਆ ਮਾਨ ਸਾਹਿਬ, ਕਿਤੇ ਲੱਕੜਾਂ ਇਕੱਠੀਆਂ ਕਰਦਾ ਸੀ, ਰੋਟੀ ਨਹੀਂ ਪੂਰੀ ਹੁੰਦੀ ਤੇ ਹੁਣ ਮਹਿਲ ਬਣਿਆ ਪਿਆ, ਸੋਨੇ ਦੀਆਂ ਗੱਡੀਆਂ, ਰੋਂਦੇ ਕਾਹਤੋਂ। ਕਹਿੰਦਾ ਮੇਰੀ ਬੇਟੀ ਨੂੰ ਵੀ ਕੈਂਸਰ, ਮੇਰੇ ਬੇਟੇ ਨੂੰ ਵੀ ਕੈਂਸਰ, ਮੇਰੀ ਸਿੰਘਣੀ ਨੂੰ ਵੀ ਬਲੱਡ ਕੈਂਸਰ। ਬਾਬਾ ਜੀ ਰੋਵਾਣਾ ਤਾਂ ਕੀ ਕਰਾਂ। ਸਾਧੂ ਕਹਿੰਦੇ ਵੀ ਸਾਡੇ ਲਾਇਕ ਦੱਸ ਕੰਮ ਕੀ ਆ। ਕਹਿੰਦੇ ਬਾਬਾ ਜੀ ਕੰਮ ਕੀ ਹੋਣਾ, ਮੇਰਾ ਤੇ ਬੜਾ ਜੀ ਕਰਦਾ ਤੁਹਾਨੂੰ ਮਿਲਦਾ, ਪਰ ਮੁੜ ਕੇ ਟਾਈਮ ਹੀ ਨਹੀਂ ਲੱਗਾ। ਅੱਜ ਸਵੱਬੀ ਮੇਲ ਹੋ ਗਏ ਆ ਤੇ ਮੈਂ ਦੁਖੀ ਬੜਾ ਜੀ, ਨਾ ਤੇ ਰਾਤ ਨੂੰ ਨੀਂਦ ਆਉਂਦੀ, ਨਾ ਦਿਨੇ ਚੈਨ ਆਉਂਦਾ, ਨਾ ਬਾਬਾ ਜੀ ਕੁਛ ਚੰਗਾ ਲੱਗਦਾ ਜੇ ਤੇ ਮੇਰਾ ਕੁਝ ਸੋਚੋ। ਤੇ ਮਹਾਂਪੁਰਖ ਤਾੜੀ ਮਾਰ ਕੇ ਹੱਸਦਾ, ਉੱਚੀ ਉੱਚੀ ਹੱਸੇ। ਕਹਿੰਦੇ ਬਾਬਾ ਜੀ ਹੱਸਦੇ ਕਿਉਂ? ਕਹਿੰਦੇ ਤੇਰੀ ਬੇਵਕੂਫੀ ਤੇ। ਕਹਿੰਦੇ ਜਿੱਦਣ ਤੂੰ ਮੈਨੂੰ ਪਹਿਲੇ ਦਿਨ ਮਿਲਿਆ ਸੀ ਤੇ ਤੈਨੂੰ ਚੰਦਨ ਕੋਲ ਭੇਜਣ ਵਾਲਾ ਕੌਣ ਸੀ ਅਸੀਂ? ਫਿਰ ਤੈਨੂੰ ਗਾਂ ਸੋਨੇ ਦੀ ਖਾਣ ਕੋ ਕਿਹਨੇ ਭੇਜਿਆ ਅਸੀਂ? ਫਿਰ ਤੈਨੂੰ ਹੀਰੇ ਮੋਤੀਆਂ ਤੱਕ ਕਿਹਨੇ ਭੇਜਿਆ ਅਸੀਂ? ਤੇ ਤੂੰ ਅਮੀਰ ਹੁੰਦਾ ਗਿਆ ਹੁੰਦਾ ਗਿਆ ਹੁੰਦਾ ਗਿਆ, ਫਿਰ ਤੂੰ ਸਾਨੂੰ ਮਿਲਣਾ ਵੀ ਛੱਡਤਾ ਤੇ ਰੱਬ ਨੂੰ। ਹੁਣ ਵੇਖੋ ਸਾਡੇ ਬਜ਼ੁਰਗ ਅਨਪੜ੍ਹ ਸੀ ਪਰ ਮੰਨਦੇ ਬੜਾ ਹੀ ਰੱਬ ਨੂੰ। ਉਹ ਅਜੇ ਵੀ ਜਦੋਂ ਖੇਤੀ ਪੱਕੀ ਵੱਢਦੇ ਆ ਤੇ ਉਹਨਾਂ ਇੱਕ ਬਾਲਟੀ ਬਾਬੇ ਨਾਨਕ ਦੀ ਕੱਢ ਕੇ ਜੁੱਤੀ ਲਾ ਕੇ ਅਰਦਾਸ ਕਰਨੀ, ਤੇ ਗਾਂ ਵਾਲੇ ਤੇ ਸਾਰੇ ਬਾਹਰ ਆ ਤੇ ਬਈਏ ਟਰੈਕਟਰ ਤੇ ਉਹ ਨਾਲੇ ਬੀੜੀ ਲਾਉਂਦੇ ਨਾਲੇ ਸੁੱਟ ਦਿੰਦੇ, ਵਿੱਚ ਬਰਕਤ ਕਿੱਥੋਂ ਅੰਨ 'ਚ ਰਹਿ ਗਈ। ਮੈਨੂੰ ਅਜੇ ਯਾਦ ਆ ਪੁਰਾਣੇ ਬਜ਼ੁਰਗ ਜਿੰਨੇ ਸੀ ਹੱਥੀਂ ਕਣਕ ਵੱਢਣੀ ਤੇ ਉਹ ਕਣਕ 'ਚੋਂ ਬਾਬੇ ਨਾਨਕ ਦਾ ਹਿੱਸਾ ਕੱਢ ਕੇ ਵਿੱਚ ਪਾਣੀ ਰੱਖ ਕੇ ਅਰਦਾਸ ਕਰਨੀ ਅੰਨ 'ਚ ਬਰਕਤਾਂ ਸੀ। ਉਹ ਸਮੇਂ ਹੁਣ ਨਹੀਂ ਮੁੜ ਕੇ ਆਉਣੇ। ਹੁਣ ਮਹਾਰੇ ਕਹਿੰਦੇ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਫਿਰੈ ਜਿਉਂ। ਮਹਾਰੇ ਕਹਿ ਗਏ 500-400 ਸਾਲ ਪਹਿਲਾਂ ਹੀ, ਕਹਿੰਦੇ ਜਿਹਨੇ ਨਾਮ ਛੱਡਤਾ ਸੇਵਾ ਛੱਡਤੀ ਲੋਕਾਂ ਛਦਾਈ ਹੋ ਜਾਣਾ, ਛਦਾਈ ਲਿਖ ਕੇ ਗਏ ਆ। ਹੁਣ ਉਹ ਸਮਾਂ ਆ ਗਿਆ ਵੀ ਹਿੱਲ ਜਾਣਾ, ਸਾਰੇ ਹਿੱਲੇ ਪਏ, ਅੱਧੇ ਕਿਤੇ ਅੱਗੇ ਹਿੱਲੇ ਆ। ਮਹਾਰਾਜ ਕਹਿੰਦੇ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾ ਹੀ ਫਿਰੈ ਜਿਉਂ। ਕਹਿੰਦੇ ਜਿੱਦਾਂ ਕਮਲੇ ਫਿਰਦੇ ਲੋਕੀ ਇੱਦਾਂ ਫਿਰਿਆ ਕਰਨਗੇ, ਲਿਖਿਆ ਪਿਆ ਹੀ ਬਰਮਾਲੇ ਥੱਲੇ, ਪਰ ਗਾਂ ਕੋਈ ਮੁੰਡਾ ਨਹੀਂ ਸੰਥਿਆ ਕਰਦਾ। BA MA MM ਕੋਲ ਕੁੜੀਆਂ ਨੇ ਪੜ੍ਹੀ ਸਾਡੇ ਬੱਚਿਆਂ ਨੇ, ਗ੍ਰੰਥੀ 80 ਸਾਲ ਦਾ ਪਾਠ ਕਰਦਾ ਕਰਦਾ ਉਹਦੀ ਸ਼ੂਗਰ ਵਧੀ, ਡਿੱਗ ਪਿਆ। ਮਹਾਰਾਜ ਦਾ ਸਰੂਪ ਰਮਾਲਾ ਉੱਤੇ ਢੱਕਤਾ, 400 ਜਾਣਾ ਬੈਠਾ, ਕਿਸੇ ਦੀ ਜ਼ਰੂਰਤ ਨਹੀਂ ਪਈ ਜਾ ਕੇ ਪਾਠ ਕਰਾਂ, ਥੱਲੇ ਹੀ ਬੈਠੇ ਰਹਿ। ਆਉਂਦਾ ਹੀ ਨਹੀਂ ਕਿ ਧਿਆਨ ਹੀ ਨਹੀਂ ਪੜੂ ਕਿਹੜਾ, ਕਿਉਂ ਧਿਆਨ ਤਾਂ ਨਹੀਂ ਆ। ਗੁੱਸਾ ਨਾ ਕਰਿਓ, ਮੈਂ ਕੁਝ ਇੱਦਾਂ ਹੀ ਬੋਲ ਜਾਂਦਾ ਵੀ ਤੁਸੀਂ ਵੇਖੋ ਮੇਰੇ ਵੱਡੇ ਆ ਕਿ ਜਾ ਬੇਰ ਸਾਹਿਬ ਦੇ ਬਾਹਰ ਮੰਗਤਾ ਬਹਿ ਜੇ ਤੇ ਕਚਾ ਕਥਾ ਵਾਚਕ ਬਹਿ ਜੇ, ਇੱਕ ਗੱਲ ਹੀ ਆ, ਪੁੱਛੋ ਕਿਉਂ ਆਉਣਾ? ਕਿਉਂਕਿ ਉਹ ਵੀ ਮੰਗਤਾ ਬੈਠਾ ਬੇਰ ਸਾਹਿਬ ਦੇ ਬਾਹਰ, ਕਹਿੰਦਾ ਦੇ ਦਿਓ ਤੁਹਾਡਾ ਭਲਾ ਹੋਵੇ ਦੇ ਦਿਓ, ਅਤੇ ਲੋਕ ਵਿਚਾਰੇ ਤਰਸ ਕਰਕੇ 10 ਰੁਪਈਏ। ਗੁੱਸਾ ਆਊਗਾ ਹੁਣ। ਸੇਮ ਹੀ ਮੰਗਤਾ ਮੈਂ ਹਾਂ, ਮੇਰੀ ਥਾਂ 'ਤੇ ਕੋਈ ਵੀ ਰਾਗੀ ਸਿੰਘ ਹਰਿਮੰਦਰ ਸਾਹਿਬ ਹੋਵੇ, ਉਹ ਜਦੋਂ ਕੀਰਤਨ ਕਰਦਾ ਵਾ ਜਾਂ ਕਥਾ ਕਰਦਾ ਅਤੇ ਅਸੀਂ ਘਰੋਂ ਆਉਂਦੇ ਹਾਂ ਦੁਖੀ ਹਿਰਦੇ ਦੇ ਨਾਲ, ਅਸੀਂ ਇੱਦਾਂ ਪੈਸੇ 10 ਰੁਪਈਏ ਇੱਦਾਂ ਮਲੀ ਜਾਂਦੇ ਹਾਂ, ਚਾਹ ਚੂ ਪੀਣੀ ਅਤੇ ਹੌਲੀ ਜਿਹੀ ਰੱਖ ਕੇ ਵਾਹਿਗੁਰੂ ਜੀ ਕਾ ਖਾਲਸਾ। ਮੰਗਤੇ ਨਾਲੋਂ ਤਾਂ ਸਾਡਾ ਕੋਈ ਫਰਕ ਨਹੀਂ ਰਹਿ ਗਿਆ। ਅੱਜ ਦੱਸੋ ਹੱਥ ਖੜਾ ਕਰਕੇ ਕਿਹਦਾ ਪੁੱਤ ਸੰਥਿਆ ਕਰਦਾ, ਕਿਹਦਾ ਪੁੱਤ ਕੀਰਤਨ ਸਿੱਖਣ ਦਿਆ? ਗਾਂ ਮਰਨਾ ਨਹੀਂ ਆਪਾਂ, ਜਦੋਂ ਮਰਾਂਗੇ ਤੇ ਕੌਣ ਕਥਾ ਕਰਨ ਆਊਗਾ, ਕੌਣ ਕੀਰਤਨ ਕਰੂਗਾ? ਕਮਾਲ ਹੋ ਗਈ ਹੈ,
ਕਿਸੇ ਦਾ ਇੱਧਰ ਧਿਆਨ ਹੀ ਨਹੀਂ ਹੈਗਾ ਕਿ ਆਹ ਮੰਗਤੇ ਬਣਾ ਕੇ ਰੱਖ ਦਿੱਤਾ ਕਿੱਥੇ ਗੁਰੂ ਕੇ ਵਜ਼ੀਰ। ਮਹਾਰਾਜਾ ਰਣਜੀਤ ਸਿੰਘ ਦੇ ਖਰਾਬੀ ਪਈ ਸੀ, ਉਹਨੇ ਸੋਨਾ ਲਵਾਤਾ ਹਰਿਮੰਦਰ ਸਾਹਿਬ ਨੂੰ, ਜੋ ਗੁਰਦੁਆਰਿਆਂ ਨੂੰ ਸੋਨਾ ਨਹੀਂ ਲੱਗਦਾ, ਪਹਿਲਾਂ ਮਹਾਰਾਜ ਦੇ ਵੇਲੇ ਨਹੀਂ ਲੱਗਾ, ਉਹਨੇ ਲਵਾਇਆ। ਪਿਓ ਦੇ ਪੁੱਤ ਨੇ ਰਾਜ ਸੀ 1,40,000 ਮੀਲ ਮੁਰੱਬਾ, ਬੱਧੀਆਂ ਛੁੱਟਦੀਆਂ ਸੀ ਖਾਲਸੇ ਦੀਆਂ, ਤੇ ਉਹਨੇ ਕਿਹਾ ਮੇਰੇ ਪਿਓ ਦਾ ਘਰ ਇੱਦਾਂ ਦਾ ਹੋਵੇ ਜਿਹਦਾ ਕਿਸੇ ਦਾ ਨਾ ਹੋਵੇ। ਉਹਨੇ ਚੁੱਕ ਕੇ ਸੋਨਾ ਤੇ ਹੀਰੇ ਮੋਤੀ ਲਵਾ ਤੇ। ਅਕਾਲੀ ਫੂਲਾ ਸਿੰਘ ਨੇ ਗੁੱਟ ਫੜਿਆ, ਕਹਿੰਦੇ ਉਹ ਕਾਣਿਆਂ ਇੱਦਾਂ ਹੀ ਬੋਲਦੇ ਹੁੰਦੇ ਸੀ, ਉਹ ਅੱਜ ਵਰਗੇ CM ਨੂੰ ਕਹਿ ਦੇ ਪਰਚਾ ਪਾ ਕੇ ਅੰਦਰ ਭੇਜ ਦੇਣਗੇ ਆਖੋ ਸਤਨਾਮ। ਉਹ ਕਹਿੰਦੇ ਉਹ ਕਾਣਿਆਂ ਇੱਧਰ ਆ, ਇੰਨਾ ਖਰਚਾ ਕਰਤਾ ਹੀ, ਕਹਿੰਦਾ ਮੇਰੇ ਪਿਓ ਦਾ ਘਰ ਬਣਦਾ ਗੁਰੂ ਰਾਮਦਾਸ ਦਾ, ਮੈਂ ਸੋਨੇ 'ਚ ਮੜ ਦੂੰ। ਕਹਿੰਦਾ ਪਿਓ ਦਾ ਪੁੱਤਾ ਬਾਬੇ ਦਾ ਘਰ ਤੇ ਸੋਨੇ 'ਚ ਮੜਤਾ ਹੀ, ਤੇ ਆ ਜਿਹੜਾ ਵਿੱਚ ਕੀਰਤਨ ਕਰਦਾ ਜਿਹਦਾ ਕਰਕੇ ਸੰਗਤਾਂ ਦਾ ਰਸ ਬਣਿਆ ਪਿਆ, ਆ ਗ੍ਰੰਥੀ ਬੋਲਦਾ ਇਹਦੇ ਘਰ ਵੀ ਜਾ। ਕਹਿੰਦਾ ਚੱਲ ਚੱਲੀਏ। ਜਦੋਂ ਘੋੜੇ ਤੇ ਚੜ ਕੇ ਸ਼ੇਰੇ ਪੰਜਾਬ ਉਹਦੇ ਘਰੇ ਗਏ ਤੇ ਕੱਚਾ ਜਿਹਾ ਘਰ ਨੀਵੇਂ ਥਾਂ ਤੇ ਮਿੱਟੀ ਦਾ ਤਵਾ ਤੇ ਟੋਏ ਪਏ ਟੁੱਟੀ ਮੰਜੀ ਤੇ ਸ਼ੇਰੇ ਪੰਜਾਬ ਦੀਆਂ ਅੱਖਾਂ 'ਚੋਂ ਪਾਣੀ ਵਹਿ ਗਿਆ। ਕਹਿੰਦਾ ਇਹਦਾ ਵੀ ਸੋਚ, ਜੇ ਹਰਿਮੰਦਰ ਨੂੰ ਸੋਨਾ ਚਾਂਦੀ ਲਵਾਈ ਜਾਂਦਾ ਇਹਦੇ, ਇਹ ਜਿਹੜੇ ਵਿੱਚ ਬਹਿ ਕੇ ਗੀਤ ਗਾਉਂਦਾ ਰੱਬ ਦੇ, ਇਹਨਾਂ ਬਾਰੇ ਕੌਣ ਸੋਚੂਗਾ? ਆਖੋ ਸਤਨਾਮ ਸ੍ਰੀ। ਤੇ ਗੱਲ ਸਹੀ ਵੀ ਆ ਗੁਰਮੁਖੋ, ਅਸੀਂ ਵੀ ਨਹੀਂ ਸੋਚਣ ਦਾ, ਅਸੀਂ ਵੀ ਉੱਥੇ ਖੜੋਤੇ ਹਾਂ। ਮੈਂ ਥੋੜ੍ਹਾ ਜਿਹਾ ਖੁੱਲ੍ਹਾ ਬੋਲ ਜਾਂਦਾ, ਕਈ ਵਿਚਾਰੇ ਡਰਦੇ ਰਹਿੰਦੇ ਆ। ਮੈਂ 8ਵੀਂ ਦੇ ਵਿੱਚ ਕਵਿਤਾ ਲਾਈ ਸਕੂਲੇ ਪੜ੍ਹਦਿਆਂ, ਅਤੇ ਸਾਨੂੰ ਬੜਾ ਪਿੰਡ ਦੇ ਗੁਰੂ ਘਰ 'ਚ ਅਸੀਂ ਬੱਚੇ ਹਾਂ, ਕਵਿਤਾ ਲਾਈ ਅਤੇ ਬੜੀ ਸਾਰਿਆਂ ਨੇ ਮਾਣ ਕੀਤਾ। ਅਤੇ ਅੱਜ ਮੇਰੇ ਖਿਆਲ 22 ਕਿ 23 ਸਾਲ ਬਾਅਦ ਉੱਥੇ ਖੜੋਤੇ ਹਾਂ। ਉਦਨ ਵੀ ਅਸੀਂ ਕਵਿਤਾ ਗਾਈ ਸੀ ਅਤੇ ਸਾਨੂੰ 10 ਰੁਪਈਏ ਮਿਲੇ। ਅੱਜ 24 ਸਾਲਾਂ ਬਾਅਦ ਕਿੱਡੇ ਕਥਾ ਵਾਚਕ ਨਾਮਵਰ ਬਣ ਗਏ ਅਤੇ ਅੱਜ ਵੀ ਉੱਥੇ ਖੜੋਤੇ ਆ ਨਾ, ਕਿਸੇ ਨੇ ਧਿਆਨ ਤਾਂ ਨਹੀਂ ਨਾ ਦਿੱਤਾ। ਅਤੇ ਪ੍ਰਚਾਰਕ ਵਿਚਾਰਾ ਡਰਦਾ ਬੋਲਦਾ ਨਹੀਂ ਵੀ ਸੱਦੋ ਉਹਨਾਂ ਨੂੰ, ਅਸੀਂ ਤਾਂ ਬੋਲਦਾ ਵੀ ਚਲੋ ਮਹਾਰੇ ਨੇ, ਗੁਰੂ ਅਰਜਨ ਸਾਹਿਬ ਨੇ ਥੋੜ੍ਹਾ ਜਿਹਾ ਨਾਮ ਬਣ ਗਿਆ ਵਾ, ਦੂਰ ਨੇੜੇ ਜਾਂਦੇ ਕੋਈ ਪਰਵਾਹ ਨਹੀਂ। ਦੂਜਾ ਬੰਦਾ ਵਿਚਾਰਾ ਡਰ ਜਾਂਦਾ ਵੀ ਇਹਨਾਂ ਮੁੜ ਕੇ ਸੱਦਣਾ ਨਹੀਂ। ਆਖੋ ਸਤਨਾਮ। ਸੱਚ ਸੁਣਾਉਣਾ ਬੜਾ ਔਖਾ ਲੱਗਦਾ ਅਤੇ ਗਾਂਹ ਕਹਾਣੀ ਖਤਮ ਆ, ਕਿਉਂਕਿ ਨਾ ਰਹੂਗਾ ਵਾਂਸ ਅਤੇ ਨਾ ਵੱਜੂਗੀ, ਨਾ ਜਵਾਕਾਂ ਨੇ ਗੁਰਦੁਆਰੇ ਵੜਨਾ ਅਤੇ ਨਾ ਪਾਠ ਸਿੱਖਣਾ। ਤੁਸੀਂ ਮੰਜਿਆਂ 'ਤੇ ਆਪਾਂ ਸਾਰੇ ਰੁਲਾਂਗੇ ਨਾ, ਪਾਣੀ ਦੀ ਘੁੱਟ ਨਹੀਂ ਦੇਣੀ, ਕਿਉਂਕਿ ਪਹਿਲਾ ਪਿਆਰਾ ਦਇਆ ਸਿੰਘ ਸੀ ਨਾ। ਦਇਆ 'ਚੋਂ ਧਰਮ ਪੈਦਾ ਹੁੰਦਾ, ਧਰਮ 'ਚੋਂ ਹਿੰਮਤ ਪੈਦਾ ਹੁੰਦੀ ਅਤੇ ਹਿੰਮਤ 'ਚੋਂ ਮੋਹਕਮ ਦ੍ਰਿੜਤਾ, ਅਤੇ ਪੰਜਵਾਂ ਸਹਿਬ ਮਿਲਦਾ ਜਦੋਂ ਮਾਂ ਹੀ ਮਰ ਗਈ ਅਤੇ ਬੱਚੇ ਕਿੰਨੇ ਜੰਮਣੇ। ਦਇਆ ਮਾਂ ਹੁੰਦੀ, 3 ਮਾਵਾਂ, 1 ਗੁਰੂ ਗ੍ਰੰਥ ਸਾਹਿਬ, 1 ਧਰਤੀ ਮਾਂ ਅਤੇ 1 ਜਿਹਨੇ ਮੈਨੂੰ ਜੰਮਿਆ। ਇਸ ਵੇਲੇ 3 ਮਾਵਾਂ ਖਤਰੇ 'ਚ ਆ, ਖੁਸ਼ ਸਤਨਾਮ। ਧਰਤੀ ਵੀ ਜ਼ਹਿਰਾਂ ਪਾ ਕੇ ਨੀਲੀ ਕਰਤੀ, ਛੱਡ ਚੱਲੇ ਹਾਂ 2-2 ਕਿੱਲੇ ਵੇਚ ਕੇ, ਚੜ ਗਏ ਜਹਾਜ਼ਾਂ 'ਤੇ। ਦੂਜੀ ਮਾਂ ਸੀ, ਗੁਰੂ ਗ੍ਰੰਥ ਸਾਹਿਬ ਰੁਮਾਲਾ ਪਾਤਾ, ਕੋਈ ਮਤਬਲ ਨਹੀਂ ਬਾਬਾ ਜੀ, 11,000, 25,000, 30,000 ਲੈ ਲਓ, ਹੁਕਮਨਾਮਾ ਵਟਸਐਪ ਕਰ ਦਿਓ, ਸਾਡੇ ਕੋਲ ਟਾਈਮ ਨਹੀਂ ਬਹਿਣ ਦਾ, ਆਖੋ ਵਾਹਿਗੁਰੂ। ਅਤੇ ਜਿਹੜੀ ਮਾਂ ਨੇ ਜੰਮਿਆ ਸੀ ਆਪਣੀ ਛਾਤੀ ਦਾ ਦੁੱਧ, ਮੈਨੂੰ ਕੋਈ ਕਹਿੰਦਾ ਮਾਂ 'ਤੇ ਬੋਲੀ ਕਿਸੇ ਦੇ ਮਰਗ ਦੇ, ਮੈਂ ਕਿਹਾ ਮੈਂ ਨਹੀਂ ਬੋਲ ਸਕਦਾ। ਕਹਿੰਦੇ ਕਿਉਂ? ਮੈਂ ਕਿਹਾ ਮੈਂ ਤਾਂ ਬੋਲੂ, ਪਹਿਲਾਂ ਤੂੰ 5 ਕਿਲੋ ਦਾ ਪੱਥਰ ਢਿੱਡ 'ਤੇ ਬੰਨ ਕੇ ਨਾ, ਅਤੇ ਜਾ ਪਿੰਡ ਦਾ ਗੇੜਾ ਕੱਢ ਕੇ ਆ। ਕਹਿੰਦਾ ਮੈਂ ਛਦਾਈ ਹਾਂ? ਅਤੇ ਮੈਂ ਕਿਹਾ ਮਾਂ ਛਦਾਈ ਜਿਹੜੀ 9 ਮਹੀਨੇ ਇੱਥੇ ਰੱਖ ਕੇ ਤੁਰੀ ਫਿਰਦੀ ਰਹੀ, ਮਾਂ ਦੇ ਬਾਰੇ ਕਿੱਦਾਂ ਬੋਲ ਦਾਂਗੇ? ਆਖੋ ਸਤਨਾਮ। ਕਿੱਦਾਂ ਦੇਣ ਦੇ ਦਾਂਗੇ? ਮਾਂ ਦਾ ਇੱਕ ਪੱਥਰੀ ਹੋ ਜੇ 7 MM ਦੀ ਨੀਂਦ ਨਹੀਂ ਆਉਣ ਦਿੰਦੀ। ਮਾਂ ਨੇ 9 ਮਹੀਨੇ ਰੱਖਿਆ ਅਤੇ ਅੱਜ ਉਹ ਮਾਂ ਧੱਕੇ ਖਾਂਦੀ ਫਿਰਦੀ ਹੋ, ਕਦੇ ਉਹ ਕੁੜੀਆਂ ਕੋਲ ਜਾਂਦੀ ਹੋ ਅਤੇ ਕਦੇ ਵੱਡੀ ਕੁੜੀ ਕੋਲ ਅਤੇ ਕਦੇ ਨਿੱਕੇ ਮੁੰਡੇ ਕੋਲ। ਕਹਿੰਦੇ ਮਾਤਾ ਗਲੋਂ ਲੈ ਜਾ। ਇਸ ਵੇਲੇ 3 ਮਾਵਾਂ ਪੰਜਾਬ ਦੀਆਂ ਡੁੱਬ ਚੱਲੀਆਂ। ਜੇ ਕੋਈ ਤੁਸੀਂ ਬੈਠੇ ਆ,
ਜਿੰਨਾ ਚਿਰ ਹੈਗੇ ਜੀ ਉਨਾ ਚਿਰ ਠੀਕ ਠਾਕ ਆ, ਨਹੀਂ ਤੇ ਔਖਾ ਹੋ ਗਿਆ। ਆਖੋ ਸਤਨਾਮ। ਕੋਈ ਧਿਆਨ ਨਹੀਂ ਦੇ ਰਿਹਾ ਇੱਧਰ। ਹੁਣ ਇੱਕ ਘੰਟਾ ਮੈਂ ਵਿਚਾਰ ਕੀਤੀ ਕਥਾ, ਤੁਸੀਂ ਮੇਰੇ ਆਪਣੇ ਭਾਵੇਂ ਮੈਨੂੰ ਚੰਗਾ ਮਾੜਾ ਕਿਉਂ, ਇੱਕ ਘੰਟੇ ਚ ਮੈਂ 50 ਗੱਲਾਂ ਕੀਤੀਆਂ, ਮਾੜੀਆਂ ਤੇ ਨਹੀਂ ਕੀਤੀਆਂ, ਤੇ ਕੀ ਲਿਆ ਤੁਹਾਡੇ ਤੋਂ। ਦੂਜੇ ਬੰਦੇ ਇੱਕ ਘੰਟਾ 5 ਗਾਣੇ ਗਾਏ ਚਮਕੀਲੇ ਦੀ ਆ, ਫਿਰ ਉਹ ਆ ਗਿਆ ਦੋਹਰੇ ਜੰਮ ਕੇ, ਇਹ ਭਰਾਵਾ 6 ਕਰੋੜ ਰੁਪਈਆ ਦਿੱਤਾ ਅਡਾਨੀ ਨੇ ਕਾਹਦੇ ਲਈ, ਵੀ ਪੰਜਾਬ ਦਾ ਤਕੜਾ ਹੋ ਕੇ ਬੇੜਾ ਗਰਕ ਕਰ ਦਿਓ, ਇਹਨਾਂ ਦੇ ਵਿੱਚੋਂ ਖਤਮ ਕਰ ਦਿਓ ਕਥਾ ਕੀਰਤਨ ਤੇ ਗੁਰਦੁਆਰੇ ਦਾ ਨਾਂ, ਇਹਨਾਂ ਦੇ ਜਵਾਕਾਂ ਨੂੰ ਪਤਤ ਕਰ ਦਿਓ। ਉਚਾਲਾਂ ਹੁੰਦੀਆਂ, ਅਸੀਂ ਸੁੱਤੇ ਬੈਠੇ ਹਾਂ, ਅਸੀਂ ਜਦੋਂ ਵੀ ਵਿਆਹ ਸ਼ਾਦੀ ਕਰਦੇ ਵਲੈਤ ਤੋਂ ਆ ਕੇ, ਅਸੀਂ ਕਦੇ ਨਹੀਂ ਸੋਚਿਆ ਵੀ ਰਾਗੀ ਕਿਹੜਾ ਸੱਦਣਾ, ਢਾਡੀ ਸਿੰਘ ਕਿਹੜਾ ਸੱਦਣਾ, ਕਥਾ ਵਾਚਕ ਅਸੀਂ ਕਹਿੰਦੇ। ਬਾਬਾ ਗੁਰਦੁਆਰੇ ਦਾ ਵਿਚਾਰਾ ਕਹਿੰਦਾ ਜੀ ਪਾਠ ਆਪਾਂ ਕਰਨਾ, ਤੇ ਦਾਦੀ ਕਹਿੰਦੀ ਕਰਾਂਗੇ, ਤੇ ਵੱਡਾ ਪੁੱਤ ਕਹਿੰਦਾ ਨਹੀਂ ਬਾਅਦ ਚ ਕਰਾਵਾਂਗੇ, ਹੁਣ ਨਹੀਂ, ਹੁਣ ਵਿਆਹ ਸ਼ਾਦੀ ਚ ਬਾਬੇ ਦਾ ਜੱਬ ਵਿੱਚੇ ਪਾਉਂਗੇ। ਆਹ ਸ਼ਬਦ ਵਰਤ ਕੇ ਬਾਬਾ ਪਾਸੇ ਕਰਤਾ ਜੇ, ਵਿਚਾਰੀ ਦਾਦੀ ਰੋਈ ਤੇ ਕਹਿੰਦੇ ਫਿਰ ਇੱਦਾਂ ਕਰੀਏ ਗੁਰਦੁਆਰੇ ਕਰਾ ਦਈਏ, ਬਾਬੇ ਨੂੰ ਉੱਥੇ ਦੇ ਆਏ 2100 ਵੀ ਇੱਥੇ ਕਰਕੇ ਤੇ ਇੱਥੇ ਬਾਜੀ, ਨਾ ਸਾਡੇ ਘਰੇ ਵੜੀ ਨਾ ਗੁਰੂ ਗ੍ਰੰਥ ਸਾਹਿਬ ਸਾਡੇ ਘਰੇ ਆਉਣਗੇ, ਅਸੀਂ ਬਸ ਬੀਜੀ ਹਾਂ। ਤੇ ਭਾਗਾਂ ਵਾਲੇ ਉਹ ਸੇਠ ਨਾ ਰੋ ਰਿਹਾ ਹੈ, ਤੇ ਮਹਾਂਪੁਰਖ ਹੱਸ ਰਹੇ ਕਹਿੰਦੇ ਬਾਬਾ ਜੀ ਹੱਸਦੇ ਕਾਹਤੋਂ ਆ, ਕਹਿੰਦਾ ਤੇਰੀ ਅਕਲ ਤੇ। ਕਹਿੰਦਾ ਬਾਬਾ ਜੀ ਹੁਣ ਦੱਸੋ ਵੀ ਕੁਝ ਗੱਲ ਕੰਮ ਦੀ। ਕਹਿੰਦੇ ਕੰਮ ਦੀ ਕੀ ਦੱਸੀਏ, ਤੂੰ ਕਦੇ ਆਇਆ ਹੀ ਨਹੀਂ। ਕਹਿੰਦੇ ਤੈਨੂੰ ਕਦੇ ਵੀ ਖਿਆਲ ਨਹੀਂ ਆਇਆ ਵੀ ਜਿਹੜਾ ਬੰਦਾ 100 ਸਾਲ ਤੋਂ ਚੌਂਕੜਾ ਮਾਰ ਕੇ ਰੁੱਖ ਥੱਲੇ ਬੈਠਾ, ਉਹਨੂੰ ਪਤਾ ਵੀ ਆ ਵੀ ਅਗਲੇ ਬੰਨੇ ਚੰਦਰਨਾ ਸੋਨਾ ਵਾ ਚਾਂਦੀ ਮੋਤੀ ਆ, ਮੈਨੂੰ ਪਤਾ ਹੁੰਦਿਆਂ ਵੀ ਮੈਂ ਉੱਧਰ ਨਹੀਂ ਗਿਆ, ਤੇਰੇ ਮਨ 'ਚ ਕਦੇ ਇਹ ਨਹੀਂ ਆਇਆ ਵੀ ਉਹਨੂੰ ਸਾਰਾ ਪਤਾ ਹੁੰਦਿਆਂ ਵੀ ਉੱਥੇ ਬੈਠਾ ਰਿਹਾ ਤੇ ਮੈਨੂੰ ਤੋਰੀ ਗਿਆ। ਕਹਿੰਦੇ ਮੈਂ ਤੈਨੂੰ ਦੱਸਣ ਕਰਦਾ ਸੀ ਪਰ ਤੂੰ ਕਦੇ ਆਇਆ ਹੀ ਨਹੀਂ, ਮੈਂ ਤੈਨੂੰ ਦੱਸਣਾ ਸੀ ਵੀ ਬੰਦਾ ਜੰਮਦਾ ਏ ਤੇ ਜੰਮ ਕੇ ਕੀ ਕਰਦਾ, ਪੜ੍ਹੋ ਆਨੰਦ ਸਾਹਿਬ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ, ਇਹ ਮਾਇਆ ਜਿੱਤ ਹਰ ਵਿਸਰੈ। ਕਹਿੰਦੇ ਮਾਇਆ ਜਦੋਂ ਬੰਦਾ ਕਮਾਉਂਦਾ ਮਾਇਆ 'ਚ ਫਸ ਜਾਂਦਾ, ਇਹਦੀ ਪਹਿਲੀ ਨਿਸ਼ਾਨੀ ਰੱਬ ਤੋਂ ਦੂਰ ਲੈ ਜਾਂਦੀ, ਮਾਂ ਪਿਓ ਤੋਂ ਵੀ ਭੈਣਾਂ ਭਰਾਵਾਂ ਤੋਂ ਵੀ ਦੂਰ ਲੈ ਜਾਂਦੀ। ਇਹਦਾ ਕੰਮ ਹੀ ਇਹ ਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿੱਤ ਹਰ ਵਿਸਰੈ ਮੋਹ ਪਜੈ ਭਾਉ ਦੂਜਾ। ਕਹਿੰਦੇ ਬੰਦੇ ਨੂੰ ਪਾਠ ਵਾਲੇ ਪਾਸੇ ਆਉਣ ਹੀ ਨਹੀਂ ਦਿੰਦੀ। ਗੁਰੂ ਅਮਰਦਾਸ ਜੀ ਕਹਿੰਦੇ ਨਾ ਉਹ ਕਥਾ ਕੀਰਤਨ ਸੁਣੋ, ਏਦਾਂ ਭਾਵੇਂ ਕਿਤੇ ਤੁਸੀਂ ਚੱਲ ਅੱਜ ਰਿਸ਼ਤੇਦਾਰੀ ਕਰਕੇ ਬਹਿ ਗਏ ਹਾਂ ਅਤੇ ਆਪਾਂ ਸਾਂਝ ਪਾਲੀ ਆ, ਨਹੀਂ ਤੇ ਭਰਾਵਾ ਕੋਈ ਨਹੀਂ ਇਸ ਪਾਸੇ ਆਉਂਦਾ, ਸਾਰੇ ਇੱਧਰੋਂ ਕੰਨੀ ਕਤਰਾਈ ਜਾਂਦੇ ਆ। ਅਸੀਂ ਜਦੋਂ ਸੰਥਿਆ ਕੀਤੀ ਅਸੀਂ 25 ਜਣੇ ਸੀ, ਅੱਜ ਗੁਰਦੁਆਰਾ ਸਾਹਿਬ ਕੋਈ ਬੱਚਾ ਨਹੀਂ ਕਹਿੰਦਾ ਪਾਠ ਸਿੱਖਣਾ, ਕਹਿੰਦੇ ਬਸ ਸਾਇਲੈਂਸ ਕਰਕੇ ਬਾਬਾ ਜੀ ਬਾਹਰ ਜਾਣਾ। ਆਖੋ ਸਤਨਾਮ। ਇਹ ਪੜ੍ਹਾਈ ਜ਼ਰੂਰ ਕਰੋ ਪਰ ਆ ਵੀ ਕਰੋ ਨਾ, ਇਹ 70 ਸਾਲ ਦੀ ਪੜ੍ਹਾਈ ਹੈ ਅਤੇ ਜਿੱਦਣ ਫੋਟੋ ਲੱਗਣੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਉਦਣ ਕੀ ਲੈ ਕੇ ਜਾਵਾਂਗੇ। ਮਹਾਰਾਜ ਕਹਿੰਦੇ ਜਹਿ ਮਾਤ ਪਿਤਾ ਸੁਤ ਮੀਤ ਨਾ ਮਨੂਹਾ ਨਾਮ ਤੇਰਾ। ਉਸ ਮਹਾਂਪੁਰਖ ਨੇ ਆਖਿਆ ਕਹਿੰਦੇ ਸੇਠ ਜੀ ਹੁਣ ਤੈਨੂੰ ਰੋਣਾ ਪੈਣਾ, ਗੱਲ ਜਵਾਨ ਚੋਂ ਤੀਰ ਕਮਾਣ ਚੋਂ ਗੋਲੀ ਬੰਦੂਕ ਚੋਂ ਬੰਦਾ ਜਹਾਨ ਚੋਂ ਨਿਕਲ ਜੇ ਮੁੜਕੇ ਇਹ ਵਾਪਸ ਨਹੀਂ ਮੁੜਦੇ, ਤੂੰ ਉਦੋਂ ਆ ਜਾਂਦਾ ਤੇ ਤੈਨੂੰ ਦੱਸਦੇ ਹੁਣ ਤੇ ਤੂੰ ਫਸ ਗਿਆ, ਹੁਣ ਤੇ ਤੂੰ ਚੀਕਾਂ ਮਾਰੇਗਾ ਕਿਉਂਕਿ ਅਸੀਂ ਉਸ ਰੁੱਖ ਥੱਲੇ ਬੈਠੇ ਤਾਂ ਏ। ਗੁਰਬਾਣੀ ਕਹਿੰਦੀ ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ
ਜਦੋਂ ਸਿੱਖ ਕਥਾ ਸੁਣਦਾ ਨਾ ਸੰਗਤ ਜੀ ਕੀਰਤਨ, ਤੇ ਉਹਦੀ ਮਤ ਜਿਹੜੀ ਹੈ ਅਮੀਰ ਹੋ ਜਾਂਦੀ, ਤਾਂ ਇਹ ਸ਼ਬਦ ਲਿਖਿਆ ਮਤ ਵਿੱਚ ਰਤਨ। ਇਹਨਾਂ ਦਾ ਮੁੱਲ ਕੋਈ ਨਹੀਂ, ਇਹਨਾਂ ਰਤਨਾ ਹੀ ਰਿਆਂ ਦਾ। ਕਹਿੰਦੇ ਇੰਨਾ ਅਮੀਰ ਹੋ ਜਾਂਦਾ ਸਿੱਖ ਦਾ ਪਰਿਵਾਰ ਜਦੋਂ ਕਥਾ ਸੁਣਦਾ, ਉਹਨੂੰ ਸਮਝ ਲੱਗਦੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਵੀ ਇਹਨੂੰ ਨਾ ਵਸਾਰ ਦਿਓ, ਬਾਕੀ ਸਭ ਨੂੰ ਛੱਡ ਦਿਓ, ਤੇ ਤੂੰ ਭਲਿਆ ਆਇਆ ਹੀ ਨਹੀਂ। ਤੈਨੂੰ ਅਸੀਂ ਦੱਸਣਾ ਚਾਹੁੰਦੇ ਸੀ ਵੀ ਕੋਠੀਆਂ ਗੱਡੀਆਂ ਡਾਲਰ ਪੌਂਡ ਤੇ ਇਹ ਅਮੀਰੀ ਤੋਂ ਅੱਗੇ ਕੁਛ ਹੈਗਾ ਹੈ, ਤੇ ਉਹ ਹੈਗਾ ਹੈ ਪਰਮੇਸ਼ਰ ਦਾ, ਜਿਹਦੇ ਵਿੱਚ ਮਹਾਂ ਆਨੰਦ ਹੈ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ। ਪੰਚ ਦੂਤ, ਕਿਸੇ ਨੂੰ ਇੱਕ ਭੂਤ ਚਿੰਬੜ ਜੇ ਨਾ ਤੇ ਉਹਦਾ ਇਲਾਜ ਕਰਾਉਣਾ ਔਖਾ, ਤੇ ਬਾਣੀ ਕਹਿੰਦੀ ਤੈਨੂੰ ਤੇ ਪੰਜ ਚਿੰਬੜੇ ਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ, ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ। ਬਾਣੀ ਗੱਲਾਂ ਕਰਦੀ ਆ, ਪਰ ਜੇ ਟਾਈਮ ਹੋਵੇ ਨਾ ਤੇ ਕੋਈ ਹੁੰਗਾਰਾ ਦੇਣ ਵਾਲਾ ਹੋਵੇ, ਤੇ ਇੰਨੀ ਰਸ ਪਿਆ। ਹੁਣ 25 ਲੱਖ ਦੇ ਕਰੀਬ ਗੋਰਿਆਂ ਨੇ ਅੰਮ੍ਰਿਤ ਛਕਿਆ ਵਰਲਡ ਦੇ ਵਿੱਚ, ਤੇ ਆਪਾਂ ਬਾਹਰ ਨੂੰ ਭੱਜਦੇ ਵੀ ਉੱਥੋਂ ਦੀ ਪੀ ਆਰ ਮਿਲ ਜੇ, ਤੇ ਲੁੱਟੇ ਗਏ ਬਾਰੇ ਹੋਰ 5 ਸਾਲਾਂ ਨੂੰ ਸਾਰੇ ਆਉਣੇ ਵਾਪਸ, ਇੱਥੇ ਲਿਖ ਲਓ ਕਾਗਜ਼ ਆਖੋ ਸਤਨਾਮ ਮਾਫੀ ਦਿਓ, ਤੁਸੀਂ ਸਾਰੇ ਮੇਰੇ ਤੋਂ ਵੱਧ ਸਿਆਣੇ। ਬੌਲੀ ਸਾਹਿਬ 8 ਬੱਚੇ ਗਏ, 6 ਮਹੀਨੇ ਹੋ ਗਏ ਕਨੇਡਾ ਬੈਠੇ, ਕੰਮ ਹੈ ਨੀ, ਅਮੈਰਿਕਾ ਚ ਵੀ ਨੀ ਮਿਲਣ ਦਿਆ, ਪੱਕੇ ਬੰਦੇ ਵਿਹਲੇ ਬਹਿ ਗਏ ਆ। ਤੇ ਸਾਡੀ ਮੰਗ ਹੀ ਇਹ ਆ, ਤੇ ਤੁਸੀਂ ਕਹਿੰਦੇ ਆਪਣਾ ਪੰਜਾਬ ਭਈਆਂ ਨੇ ਲਿਜਾਣਾ ਹੁਣ ਆਖੋ ਸਤਨਾਮ, ਕਿਉਂਕਿ ਬੈਂਕ ਚ ਭਈਏ, ਚੌਂਕੀ ਦੇ ਵਿੱਚ DSP ਭਈਆ, ਵਕੀਲ ਭਈਆ, ਜੱਜ ਭਈਆ, MLA ਵੀ ਭਈਆਂ ਦੇ ਬਣਨੇ, ਕਿਉਂਕਿ ਹੁਣ ਵੋਟਾਂ ਬਣਨ ਲੱਗ ਪਈਆਂ। ਆਪਾਂ ਤੇ ਚੱਲ ਗਏ ਸਾਰੇ, ਤੇ ਆਪਣਿਆਂ ਨੂੰ ਵੋਟਾਂ ਚਾਹੀਦੀਆਂ, ਉਹ ਇੱਥੋਂ ਦੀ ID ਕਾਰਡ ਬਣਾਉਂਦੇ ਆ। ਜਿੱਦਣ ਸਰਪੰਚ ਵੀ ਭਈਆਂ ਦਾ ਬਣ ਗਿਆ ਤੇ MC ਵੀ ਭਈਆਂ ਦਾ, ਫਿਰ ਆਪਣਾ ਰੀਜਨਲ ਛਿੱਤਰ ਫਿਰਨਾ, ਆਪਾਂ ਚੌਂਕੀ ਰਿਪੋਰਟ ਲਿਖਾਉਣੀ, ਉੱਥੇ ਗਾੜੀ ਭਈਆ ਹੋਣਾ SHO, ਉੱਥੇ ਫਿਰ ਛਿੱਤਰ ਫਿਰੂ। ਜੇ ਉੱਥੋਂ ਚੌਂਕੀ 'ਚ ਗਏ ਤੇ ਉੱਥੇ ਆਪਣੇ ਸੌਰੀ ਤੁਸੀਂ ਵਕੀਲ ਕੋ, ਵਕੀਲ ਵੀ ਭਈਆ ਹੋਣਾ, ਤੇ ਫੈਸਲਾ ਜੱਜ ਨੇ ਕਰਨਾ, ਉਹਨਾਂ ਕਹਿਣਾ ਫਾਂਸੀ ਚੜ੍ਹਾਓ ਇਹਨਾਂ ਨੂੰ। ਆ ਜਿੰਨੀਆਂ ਕੋਠੀਆਂ ਪੈਲੀਆਂ, ਮਾਫੀ ਦਿਓ ਜੀ, ਵੱਡਾ ਗੱਲ ਨਾ ਕਰ ਜੇ, ਪਰ ਇੱਥੋਂ ਦਾ ਹਾਲਾਤ ਦੱਸ ਰਿਹਾ ਹੈ ਵੀ ਜਿਸ ਹਿਸਾਬ ਨਾਲ ਚੱਕਰ ਚੱਲਦਾ, ਅਸੀਂ ਬਗਾਨੇ ਥਾਂ 'ਤੇ ਕੀ ਅਸੀਂ ਆਪਣਾ ਵੀ ਗਵਾ ਲੈਣਾ। ਆਖੋ ਸਤਨਾਮ, ਇਹ ਗੱਲ ਕਿਤੇ ਨਾ ਕਿਤੇ ਯਾਦ ਰੱਖਿਓ, ਮਹਾਰਾਜ ਨੇ ਸਰਵੰਸ ਵਾਰਿਆ, ਧਰਤੀ ਬਦਲੇ, ਇਹ ਧਰਤੀ ਬਾਬੇ ਨੇ ਚੁਣੀ, ਅਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹਨੂੰ ਪੜ੍ਹਿਆ ਕਰੋ ਬਾਣੀ ਨੂੰ। ਗੱਲ ਇੱਥੋਂ ਸ਼ੁਰੂ ਹੋਈ ਸੀ, ਮੈਂ ਸਮਾਪਤੀ ਕਰਾਂ। ਬਾਪੂ ਨੂੰ ਆਖਿਆ, ਬਾਪੂ ਸਤਨਾਮ ਦਾ ਅਰਥ ਕੀ ਆ? ਵੀ ਇਹ ਤੇ ਨਿਕਾ ਜਿਹਾ ਨਾ ਸਾਰੇ ਜਪਦੇ ਸਤਨਾਮ ਵਾਹਿਗੁਰੂ। ਉਹ ਕਹਿੰਦਾ ਪੁੱਤ ਮੈਨੂੰ ਨਹੀਂ ਜੇ ਪਤਾ, ਤੁਸੀਂ ਦੱਸ ਦਿਓ। ਉਹਨੇ ਕਿਹਾ ਬਾਪਾ ਜੀ ਫਿਰ ਸੁਣ ਲਓ, ਸੱਸੇ ਦਾ ਅਰਥ ਹੈ ਸੱਚ ਬੋਲੋ, ਸੱਚ ਸੁਣੋ, ਸੱਚੇ ਦੇ ਨਾਲ ਜੁੜ ਜਾਓ। ਹੁਣ ਦੀਪ ਸਿੱਧੂ ਸੀ, ਕਿੱਡਾ ਬੰਦਾ ਰੱਜਿਆ ਪੁੱਜਿਆ ਸੀ, ਉਹ ਕਿਹਦੀ ਕੀ ਨਹੀਂ ਸੀ ਉਹਦੇ ਕੋਲੇ, ਤੇ ਉਹਦੇ ਇਹ ਸ਼ਬਦ ਅੱਜ ਵੀ ਰਵਾਉਂਦੇ। ਕਹਿੰਦਾ ਬਿੱਲੀ ਦੁੱਧ ਪੀਜੇ ਵੱਖਰੀ ਗੱਲ ਆ, ਕਹਿੰਦਾ ਜਦੋਂ ਬਨੇਰੇ ਤੇ ਬਹਿ ਕੇ ਮੁੱਛਾਂ ਜੀਆਂ ਦਿਖਾਉਂਦੀ ਫਿਰਨੀ ਜਰੀ ਜਾਂਦੀ। ਉਹਦੀ ਬੋਲਾਂ 'ਚ ਰਸ ਸੀ ਵੀ ਤੁਹਾਡੇ ਜਵਾਕ 18-18 ਘੰਟੇ ਦਿਹਾੜੀ ਕਰਦੇ ਬਾਹਰ, ਤੇ 15 ਮਿੰਟ ਲੇਟ ਹੋ ਜਾਂਦੇ ਤੇ ਅਗਲੇ ਰੋਹ ਮਾਰ ਕੇ ਕਹਿੰਦੇ ਕੱਲ੍ਹ ਨੂੰ ਨਾ ਆਇਓ, ਭਾਜੋ ਇੱਥੋਂ। ਕੁੜੀਆਂ ਸਾਡੀਆਂ ਜਲੀਲ ਹੋਣ ਦੀਆਂ, ਇੱਜ਼ਤਾਂ ਸਾਡੀਆਂ ਰੁਲ ਗਈਆਂ, ਤੇ ਤੁਸੀਂ ਆਪਦੀ ਧਰਤੀ ਦੇ ਰਾਜੇ ਸੀ, ਤੁਸੀਂ ਕੀਤਾ, ਤੁਹਾਡਾ 1 ਰੁਪਿਆ ਇੰਗਲੈਂਡ ਦੇ 13 ਸੀ, ਅੱਜ ਇੰਗਲੈਂਡ ਦਾ 1 ਤੇ 106 ਬਣਾ ਤੇ। ਉਹ ਬੰਦਾ ਇੱਥੋਂ ਬੋਲਦਾ ਸੀ ਤਾਂ ਮਰਵਾਇਆ ਗਿਆ। ਆਖੋ ਸਤਨਾਮ,
ਉਹਨੇ ਜਗਾਉਣਾ ਚਾਹਿਆ ਸੀ, ਉਹ ਕਹਿੰਦਾ ਜਾਗਪੋ ਤੁਹਾਡੀ ਬਾਹਰ ਵੀ ਵੈਲਜੂ ਤਾਂ ਜੇ ਤੁਹਾਡੇ ਪਿੱਛੇ ਪੰਜਾਬ ਖੜੋਤਾ ਆਖੋ ਸਤਨਾਮ, ਨਹੀਂ ਤੇ ਜਿੱਦਾਂ ਵੀਰ ਤੁਰ ਗਿਆ ਏਦਾਂ ਹੀ ਕਿਸੇ ਦਿਨ ਆਪਣਾ ਭੋਗ ਪੈ ਜਾਣਾ, ਕਿਆ ਆਏ ਕਿਆ ਨਾ ਆਏ, ਖਾ ਲਿਆ ਪੀ ਲਿਆ ਸੌ ਲਿਆ ਤੇ ਬਸ ਤੁਰ ਗਿਆ, ਨਹੀਂ ਜਾਗੀਏ ਥੋੜਾ ਜਿਹਾ, ਬੱਚਿਆਂ ਨੂੰ ਜ਼ਰੂਰ ਗੁਰਦੁਆਰੇ ਭੇਜਿਆ ਕਰੋ, ਪੁੱਤ ਬੱਸ ਤੇ ਚੜ੍ਹਨ ਤੋਂ ਪਹਿਲਾਂ 5 ਮਿੰਟ ਲੱਗਦੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਸਕੂਲੇ ਜਾ, ਗੁਰੂ ਦੇ ਮੱਥੇ ਲੱਗਦੇ ਰਵਾਂਗੇ ਤੇ ਜੀਂਦੇ ਰਵਾਂਗੇ, ਆਖਾਂ ਜੀਵਾਂ ਸੱਸੇ ਦਾ ਅਰਥ ਸੱਚ ਬੋਲੋ, ਸੱਚ ਸੁਣੋ, ਸੱਚ ਸਿੱਖੋ, ਤੱਤੇ ਦਾ ਅਰਥ ਸਤਨਾਮ ਦੇ ਅਰਥ ਹੋ ਰਹਿ ਜੀ, ਤੱਤੇ ਦਾ ਅਰਥ ਤਿਆਗੀ ਹੋ ਜਾ, ਕਦੇ ਨਾ ਆਖੀ ਮੇਰੀ ਪੈਲੀ ਇੰਨੀ, ਮੇਰਾ ਬਿਜ਼ਨਸ, ਮੇਰਾ ਆਹ ਕੁਝ, ਸੱਚ ਜਾਣੀ ਆ ਜਿਹੜੇ ਸਰੀਰ ਨੂੰ ਇੰਨਾ ਪਾਊਡਰ ਕਰੀਮ ਤੇ ਵਧੀਆ ਗਹਿਣੇ ਗੱਟੇ ਪਾਏ, ਇੱਕ ਦਿਨ ਇਹਨੇ ਵੀ ਤੇਰਾ ਸਾਥ ਛੱਡ ਜਾਣਾ, ਲਾਸ਼ ਪਈ ਰਹਿਣੀ ਹੋ ਤੇ ਤੱਤਾ ਤਿਆਗੀ ਹੋ ਜਾ ਤੇ ਅੱਗੇ ਨੰਨਾ ਨਿਮਰਤਾ ਚ ਰਹਿਣਾ। ਅੱਜ ਬੜੇ ਲੋਕ ਨੇ ਜਿਹੜੇ 100-100 ਕਿੱਲਾ ਅਮੈਰੀਕਾ ਚ, ਇੱਕ ਵੀਰ ਦੇ 32 ਪੈਟਰੋਲ ਪੰਪ ਹੈ ਤੇ ਇਸ ਵੇਲੇ ਉਹ ਮੈਨੂੰ ਹਰਿਮੰਦਰ ਸਾਹਿਬ ਮਿਲਿਆ ਜਦੋਂ ਮੈਂ ਆਇਆ ਬਾਹਰੋਂ, ਤੇ ਉੱਥੇ ਜੋੜਾ ਘਰ ਸੇਵਾ ਕਰਨ ਦਿਆ 1.25 ਮਹੀਨਾ, ਜੁੱਤੀਆਂ ਝਾੜਨੀਆਂ ਲੋਕਾਂ ਦੀਆਂ, ਤੇ ਮੈਂ ਕਿਹਾ ਪਾਪਾ ਤੇਰੇ ਕੋਈ ਨੀ ਜਾਇਦਾ ਤੂੰ ਇੱਥੇ ਕਰਦਾ। ਕਹਿੰਦਾ ਕਥਾ ਸੁਣੀ ਸੀ ਇੱਕ ਦਿਨ ਬਾਬੇ ਦੀ ਵੀ ਜਦੋਂ ਬੰਦਾ ਮਰਦਾ ਏ ਉਹਦੇ ਲੀੜੇ ਵੀ ਘਰ ਦੇ ਲਾ ਲੈਂਦੇ ਤੇ ਘੜੀ ਵੀ ਛਾਪ ਵੀ ਬੰਦੇ ਦੇ ਨਾਲ ਜਾਂਦਾ ਸੇਵਾ ਤੇ। ਆਪਾਂ ਕਹਿੰਦੇ ਉਦਣ ਦੇ ਇੱਥੇ ਆ ਗਏ ਹਾਂ, ਆਹ ਤੇ ਨਾ ਗੱਲ ਕਥਾ ਸੁਣ ਕੇ, ਤੇ ਜੇ ਸੁਣ ਕੇ ਤੇ ਬਾਬੇ ਨੂੰ ਗਾਲਾਂ ਕੱਢ ਦੇਣੀਆਂ ਤੇ ਝੱਗਾ ਹੁਣ ਉੱਠਣਾ, ਆਪਾਂ ਉੱਠਣ ਲੱਗਿਆ ਇੱਦਾਂ ਝਾੜ ਕੇ ਸਿੱਧਾ ਕਰਨਾ, ਸਾਰੀ ਕਥਾ ਇੱਥੇ ਚੜ ਜਾਣੀ, ਕਿਹੜਾ ਕਿਹੜੇ ਮੰਨਣਾ। ਬਸ 10 ਰੁਪਈਏ ਸਭ ਤੋਂ ਸਸਤੀ ਚੀਜ਼ ਹੈ ਇਸ ਵੇਲੇ ਕਥਾ ਕੀਰਤਨ, ਤੁਸੀਂ 1-10 ਰੁਪਈਏ ਦਿਓ ਤੁਹਾਨੂੰ 1 ਘੰਟਾ ਇੰਨੀਆਂ ਗੱਲਾਂ ਕਿੰਨੇ ਸੁਣਾਉਣੀਆਂ ਦੱਸੋ, ਫਿਰ ਵੀ ਤੁਸੀਂ ਕਿੰਨੇ ਬਾਬੇ ਪ੍ਰਚਾਰ ਨਹੀਂ ਕਰਦੇ ਤੇ ਹੋਰ ਕੀ ਕਰੀਏ। ਆਖੋ ਸਤਨਾਮ ਸਭ ਤੋਂ ਸਸਤਾ ਸੌਦਾ ਵਾ, ਹੁਣ ਤੇ ਰੋਹ ਵੀ 20 ਦੀ ਕਰਤੀ ਅਗਲਿਆਂ ਨੇ, ਉਹ ਵੀ ਨਹੀਂ ਰਹਿ ਗਈ, ਇਹ ਸਾਰਿਆਂ ਤੋਂ ਸਸਤਾ ਸੌਦਾ ਜੇ ਕੀਰਤਨ ਕਥਾ ਵਾਲਾ। ਤੇ ਜੇ ਅਜੇ ਵੀ ਉੱਠ ਕੇ ਕੋਈ ਕਹਿ ਦੇ ਬਾਬਾ ਸੁਣਾਇਆ ਕੁਝ ਨਹੀਂ, ਕਈ ਬੜਾ ਕਹਿਣਗੇ 1 ਘੰਟਾ ਬਾਬੇ ਨੇ ਲਾਇਆ, ਲਾ ਵੀ ਦਿੱਤਾ 1 ਘੰਟਾ, ਬੜੀ ਛੇਤੀ ਹੋਇਆ ਵੀ ਅਗਲੇ ਦਾ ਸੰਗ ਬਹਿ ਗਿਆ, ਕਿੰਨੀਆਂ ਪੋਥੀਆਂ ਪੜ੍ਹ ਕੇ ਕਿਧਰੋਂ ਕਿਧਰੋਂ ਗੱਲਾਂ ਵਲ ਕੇ ਤੇ ਫੇਰ ਸਮਝਾਉਣੀਆਂ, ਤੇ ਫੇਰ ਵੀ ਕਈ ਹੌਲੀ ਜਿਹੀ ਕਹਿਣਗੇ ਉਹ ਐਵੇਂ ਬਾਬੇ ਬੋਲੀ ਜਾਂਦੇ, ਤੇ ਦੂਜੇ ਬੰਨੇ ਖੁਸ਼ ਰਹਿੰਦੇ ਨਾਲੇ ਤੇ ਅਗਲੇ 1 ਘੰਟੇ 'ਚ 5 ਲੱਖ, ਨਾਲੇ ਰੱਜ ਕੇ ਜਲੀਲ ਕਰ ਗਏ ਧੀਆਂ ਭੈਣਾਂ ਦੇ ਕੱਪੜੇ ਲਵਾ ਗਏ। ਇਹ ਚੀਜ਼ ਮੈਂ ਕਹਿ ਕੇ ਸਮਾਪਤੀ ਕਰਾਂ, ਭੋਜਨ ਭਜਨ ਖਜ਼ਾਨਾ ਤੇ ਨਾਰੀ, ਇਹ ਚਾਰੇ ਜਦੋਂ ਪੜਦੇ 'ਚ ਸੀ ਮੇਰਾ ਦਾਦਾ ਜੀਂਦਾ ਸੀ, ਅੱਜ ਚਾਰੇ ਚੀਜ਼ਾਂ ਨੰਗੀਆਂ ਤੇ ਲੋਕਾਂ ਰੁਲ ਗਈ। ਪਹਿਲਾਂ ਭੋਜਨ ਸੀ, ਪੜਦੇ 'ਚ ਬੀਬੀ ਨੇ ਕੇਸਕੀ ਬੰਨ ਕੇ ਜੁੱਤੀ ਲਾ ਕੇ ਆਟਾ ਗੁੰਨਣਾ, ਮਾਵਾਂ ਬੈਠੀਆਂ ਪਾਠ ਕਰ ਕਰਕੇ, ਅੱਜ ਖਤਮ। ਅੱਜ ਨੰਗੇ ਸਿਰ ਤੇ ਜੁੱਤੀਆਂ ਪਾ ਕੇ ਤੇ ਨਾਲ ਦੂਜਾ ਤੀਜਾ ਕਰਕੇ ਖਾਣਾ ਬੰਨਦਿਆ, ਉਹੋ ਹੀ ਖਾਣਾ ਗੁਰੂ ਗ੍ਰੰਥ ਸਾਹਿਬ ਨੂੰ ਕਿਰਪਾਨ ਭੇਟ ਹੋ ਰਿਹਾ। ਬੋਲੋ ਵਾਹਿਗੁਰੂ। ਭੋਜਨ ਵੀ ਨੰਗਾ, ਦੂਜਾ ਭਜਨ। 26 ਸਾਲ ਮਹਾਰਾਜ ਬਾਬੇ ਬਕਾਲੇ ਬੈਠੇ ਰਹੇ ਗੁਰੂ ਨਾਨਕ ਸਾਹਿਬ ਇੱਥੇ, ਕਦੇ ਜਿਤਾਇਆ ਨਹੀਂ। ਅੱਜ ਇੱਕ ਪਾਠ ਕੀਤਾ ਤੇ 20 ਨੂੰ ਦੱਸਤਾ ਵੀ ਮੈਂ ਪਾਠ ਕੀਤਾ। ਆਖੋ ਵਾਹਿਗੁਰੂ। ਅੱਜ ਚੁਪਹਿਰਾ ਸਾਹਿਬ ਚੱਲਦਾ, ਠੀਕ ਬਾਣੀ ਪੜ੍ਹੋ ਜੁੜੋ, ਕੋਈ ਕੋਠੇ ਤੇ ਚੜਿਆ ਫਿਰਦਾ, ਕੋਈ ਕਿੱਕਰ ਤੇ ਬੈਠਾ ਹੀ, ਕੋਈ ਟੈਂਪੂ ਦੀ ਛੱਤ ਤੇ ਬੈਠਾ, ਕਮਾਲ ਹੋ ਗਈ। ਮਾਰੇ ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਰੋਜ਼ ਤੜਕੇ ਨੇਤਨੇਮ ਕਰ, ਉਹ ਸਪੈਸ਼ਲ ਦੁਪਹਿਰ ਰੱਖੀ ਹੈ, ਕੋਈ ਛੱਤ ਤੇ ਚੜਿਆ, ਕਈ ਰੁੱਖਾਂ ਤੇ ਚੜ੍ਹ ਕੇ ਵੀ ਟਾਹਣਾ ਟੁੱਟ ਗਿਆ ਡਿੱਗ ਪਏਗਾ, ਕਿੱਧਰ ਨੂੰ ਤੁਰ ਪਏ। ਭਜਨ ਵੀ ਨੰਗਾ ਹੋ ਗਿਆ ਤੇ ਭੋਜਨ, ਤੇ ਤੀਜਾ ਖਜ਼ਾਨਾ। ਸਾਡੇ ਬਜ਼ੁਰਗਾਂ ਨੇ ਗਰੀਬੀ ਵੇਖੀ, 1 ਰੁਪਈਆ ਵੀ ਮਿਲਣਾ ਤੇ ਮੱਥੇ ਨੂੰ ਲਾ ਕੇ ਕਹਿਣਾ ਵਾਹਿਗੁਰੂ ਸ਼ੁਕਰ ਮਾਇਆ, ਤੇ ਅੱਜ ਉਹ ਖਜ਼ਾਨਾ ਸਾਡੇ ਮੁੰਡੇ
ਜਦੋਂ ਪਾਲਟੀ ਕਰਦੇ ਆ ਤੇ ਫਿਰ ਇਦਾਂ ਦੱਥੀਆਂ ਖੁੱਲਦੀਆਂ ਤੇ ਲੋਕਾਂ ਦੀਆਂ ਜੁੱਤੀਆਂ ਥੱਲੇ ਉਹ ਮਾਇਆ ਰੁਲਦੀ, ਉੱਤੇ ਥੁੱਕ ਦੇ ਸ਼ਰਾਬਾਂ ਰੋੜਦੇ, ਉਹੋ ਹੀ ਪੈਸੇ ਘੁੰਮ ਕੇ ਉਹ ਪਏ। ਇਹ ਉਹੋ ਹੀ ਮਾਇਆ ਵਾ ਜਿਹੜੀ ਲੋਕਾਂ ਪੈਰਾਂ ਥੱਲੇ ਸੁੱਟੀ, ਠੇਡੇ ਮਾਰੇ, ਰੁਲਦੀ ਰੁਲਦੀ ਅੱਜ ਇੱਥੇ ਆਈ ਹੈ। ਸਤਿਗੁਰੂ ਫੇਰ ਵੀ ਵੱਡੇ ਦਿਲ ਵਾਲੇ ਹੈ, ਕਿਉਂਕਿ ਜਿਹੜੇ ਨੋਟ ਨੂੰ ਕੋਈ ਨਾ ਪੁੱਛੇ ਉਹਨੂੰ ਵੀ ਬਾਬਾ ਰੱਖਦਾ। ਜਦੋਂ ਬੰਦਾ ਮੰਜੀ 'ਤੇ ਪੈ ਜਾਂਦਾ, 100-100 ਕਿੱਲੇ ਦੇ ਮਾਲਕ, ਮੈਂ ਅਰਦਾਸ ਕਰਦਾ ਰਿਹਾ ਖੁਦ, ਜਿਹੜੇ ਮੰਜੀਆਂ 'ਤੇ ਪਏ ਘਰਦੇ ਕਹਿੰਦੇ ਬਾਬਾ ਜੀ ਕਰੋ ਰੱਬ ਰੱਬ, ਕਿਤੇ ਮਹਾਰਾਜ ਇਹਨੂੰ ਲੈ ਜੇ। ਭਜਨ ਵੀ ਨੰਗਾ ਹੋ ਗਿਆ ਅਤੇ ਭੋਜਨ ਵੀ ਅਤੇ ਖਜ਼ਾਨਾ ਸਾਡਾ ਵੀ ਅੱਜ ਰੁਲ ਗਿਆ। ਮਾਇਆ ਦੀ ਇੰਨੀ ਬੇਪੱਤੀ ਕਰਤੀ ਤੇ ਚੌਥਾ ਸਿੱਕਾ ਰਾਲੀ ਨਾਰੀ, ਉਹ ਵੀ ਕੱਪੜੇ ਸਾਰੇ ਉਤਾਰਤੇ। ਗੁੱਸਾ ਨਾ ਕਰਿਓ ਮੇਰਾ, ਕਰ ਵੀ ਲਓਗੇ ਇੱਕ ਚੀਜ਼ ਖੁਸ਼ ਹੁੰਦੀ ਜੇ, ਜਾਂ ਲੋਕਾਂ ਨੂੰ ਕਰ ਲਓ ਤੇ ਜਾਂ ਆਹ ਬਾਬੇ ਨੂੰ ਕਰ ਲਓ, ਮੈਨੂੰ ਆਹ ਚਾਹੀਦਾ ਹੀ, ਕਿਉਂਕਿ ਜਿੱਦਣ ਮੇਰੇ 'ਤੇ ਖੱਪਣ ਪਿਆ ਤੁਸੀਂ ਤੇ ਮੜੀਆਂ ਤੱਕ ਜਾਣਾ, ਇਹਨੇ ਅੱਗੇ ਤੱਕ ਜਾਣਾ। ਇਹਦੀ ਗੱਲ ਕਰਾਂਗੇ ਚੰਗੀ ਲੱਗੀ ਤੇ ਰੱਖ ਲਿਓ, ਨਹੀਂ ਤੇ ਕੋਈ ਨਹੀਂ। ਅੱਜ ਕਿੱਡੀ ਮਾੜੀ ਗੱਲ, ਜਦੋਂ ਲਾਵਾਂ ਹੁੰਦੀਆਂ ਨਾ, ਸਾਰਾ ਸਰੀਰ ਸਾਡੀਆਂ ਭੈਣਾਂ ਦਾ, ਦੀਦਾ 25-30 ਮੂਵੀ ਵਾਲੇ ਵੀਰ ਵੀ ਹੁੰਦੇ ਆ ਜਿਹੜੇ ਉੱਤੋਂ ਫੋਟੋ ਲੈਂਦੇ, ਅੱਧਾ ਸਿਰ ਨੰਗਾ। ਗ੍ਰੰਥੀ ਨੇ ਆਖਿਆ ਪੁੱਤ ਥੋੜ੍ਹੇ ਜਿਹੇ ਕੱਪੜੇ ਸਹੀ ਕਰੋ ਅਤੇ ਉਹ ਸਿਰ ਢੱਕੋ। ਗੁਰੂ ਕਹਿੰਦੇ ਓਏ ਬਾਬਾ ਤੇਰਾ ਮਤਬਲ ਚਾਰ ਲਾਵਾਂ ਨਾ ਵਾਂ, ਪੜ੍ਹਨੀਆਂ ਤਾਂ ਠੀਕ ਆ, ਨਹੀਂ ਤੇ ਦੂਜੇ ਬੰਨਿਓ ਪੜ੍ਹਾ ਲਾਂਗੇ। ਸਾਡੇ ਕੱਪੜੇ ਆ, ਸਾਡਾ ਸਰੀਰ ਆ, ਤੈਨੂੰ ਕੀ ਲੱਗੇ। ਅੱਜ ਚਾਰੇ ਚੀਜ਼ਾਂ ਨੰਗੀਆਂ ਪਈਆਂ, ਭੋਜਨ ਵੀ ਨੰਗਾ, ਖਜ਼ਾਨਾ ਵੀ ਅਤੇ ਭਜਨ ਵੀ ਅਤੇ ਆਪਣੀ ਇੱਜ਼ਤ ਵੀ, ਅਤੇ ਜਦੋਂ ਚਾਰੇ ਹੋ ਜਾਣ ਤਾਂ ਫਿਰ ਕਹਾਣੀ ਖਤਮ ਹੀ ਆ ਗਏ। ਇਹਦੋਂ ਉੱਤੇ ਤਾਂ ਮੈਂ ਕੁਝ ਨਹੀਂ ਸੁਣਾ ਸਕਦਾ, ਜੇ ਫਿਰ ਵੀ ਕੋਈ ਭੁੱਲ ਹੋਈ ਤਾਂ ਮੈਨੂੰ ਮਾਫ਼ ਕਰ ਦਿਓ। ਸਾਡੇ ਵੀਰ ਨੇ ਮੁੜ ਕੇ ਆਉਣਾ ਨਹੀਂ, ਅਤੇ ਬਾਣੀ ਕਹਿੰਦੀ ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜੱਪੇ ਮਰਾਰ, ਇੱਕ ਦਿਨ ਸੋਵਣ ਹੋਏਗੋ ਲਾਂਭੇ ਗੋਡ ਪਸਾਰ, ਸੱਚ ਨੂੰ ਪੈਂਦੇ ਪੱਥਰੀ ਆਖੋ ਸਤਨਾਮ। ਬਾਬੇ ਨਾਨਕ ਦੇ ਵੇਲੇ ਵੀ ਜਿਨ੍ਹਾਂ ਸੱਚ ਨੂੰ ਪਿਆਰ ਕੀਤਾ ਉਹਨਾਂ ਨੂੰ ਪੱਥਰ ਮਿਲੇ, ਗਾਲਾਂ ਮਿਲੀਆਂ, ਜਿਨ੍ਹਾਂ ਨੇ ਬੇਪਤੀ ਕੀਤੀ ਉਹਨਾਂ ਦੇ ਫੁੱਲਾਂ ਦੇ ਹਾਰ ਪਏ, ਆਖੋ ਸਤਨਾਮ ਸ੍ਰੀ। ਇਹ ਦੁਨੀਆਂ ਦਾ ਦਸਤੂਰ ਹੈ, ਪਰ ਬਾਬਾ ਕਹਿੰਦਾ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ। ਮਹਾਰਾਜ ਦਾ ਲੜ ਪਕੜੋ ਭਾਈ, ਗੁਰੂ ਘਰ ਸੋਹਣੇ ਬਣਾਏ ਤੇ ਜਾਇਆ ਵੀ ਕਰੋ। ਸਵੇਰੇ ਆਪਣੇ ਸਾਰੇ ਬੱਚਿਆਂ ਨੂੰ ਬੇਨਤੀ ਕਰਿਆ ਕਰੋ, ਸ਼ਾਮਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੇ ਮੱਥੇ ਲੱਗੋ। ਜਦੋਂ ਵੀ ਆਪਣੇ ਵੱਡਿਆਂ ਦੇ ਮੱਥੇ ਲੱਗੀਏ, ਪੈਰੀਂ ਹੱਥ ਲਾਈਏ ਤੇ ਉਹ ਵੀ ਕਹਿੰਦੇ ਪੁੱਤ ਜੋਈ ਤੈਨੂੰ ਰੱਬ ਬਹੁਤਾ ਦੇਵੇ। ਜਦੋਂ ਗੁਰੂ ਦੇ ਪੈਰੀਂ ਪਵਾਂਗੇ ਤੇ ਪਾਠ ਆਉਂਦਾ ਵਾ, ਰੱਖੇ ਰੱਖਣਹਾਰ ਆਪ ਗੁਰ ਕੀ ਪੈਰੀਂ ਪਾਏ, ਹੁਆ ਆਪ ਦਿਆਲ ਸਾਧ ਜਨਾ ਕੈ ਸੰਗ, ਸਾਕਤ ਨਿੰਦਕ ਦੁਸ਼ਟ ਖਿਨ ਮਾਹੇ, ਤਿਸ ਸਾਹਿਬ ਕੀ ਟੇਕ ਜਿਸ ਸਿਮਰਤ ਸੁਖ ਹੋਏ ਸਗਲੇ, ਤਿਸ ਸਾਹਿਬ ਕੀ ਨਾਨਕ ਮਨੈ, ਜਿਸ ਸਿਮਰਤ ਸਗਲੇ। ਸੱਸੇ ਦਾ ਅਰਥ ਹੈ ਸੱਚ ਬੋਲੋ, ਤੱਤੇ ਦਾ ਅਰਥ ਤਿਆਗੀ ਹੋ ਜਾਓ, ਤੇ ਨੰਨੇ ਦਾ ਅਰਥ ਨਿਮਰਤਾ ਚ ਰਹਿਣਾ ਤੇ ਨਾਮ ਜਪਣਾ, ਤੇ ਮੰਮਾ ਸ਼ਬਦ ਮੇਹਰ ਹੋ ਜਾਣੀ, ਆਖੋ ਸਤਨਾਮ। ਇਹ ਸਤਨਾਮ ਦੇ ਅਰਥ ਚੇਤੇ ਰੱਖਿਓ, ਸੱਚ ਬੋਲਣਾ, ਆਪਣਾ ਤਿਆਗ ਕਰ ਦਿਓ, ਕੋਈ ਚੀਜ਼ ਨਹੀਂ ਆਪਣੀ, ਆਪਾਂ ਐਵੇਂ ਖਾਲੀ ਤੇ
ਆਏ ਵੀ ਨੰਗੇ ਤੇ ਜਾਣਾ ਵੀ ਤੇ ਤੀਜਾ ਨਿਮਰਤਾ ਚ ਰਹਿਣਾ, ਕਦੇ ਹੰਕਾਰ ਚ ਨਹੀਂ ਬੋਲਣਾ, ਸੇਵਾ ਕਰਨੀ। ਜਦੋਂ ਤਿੰਨ ਚੀਜ਼ਾਂ ਇਕੱਠੀਆਂ ਹੋ ਗਈਆਂ, ਸੱਚ, ਤਿਆਗ, ਨਿਮਰਤਾ, ਅੱਗੇ ਮੰਮਾ ਸ਼ਬਦ ਹੈ ਮਿਹਰ, ਉਦਨੇ ਦੀ ਮਿਹਰ ਆਪੇ ਹੋ ਜਾਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ, ਪ੍ਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਓ, ਹਰੀ ਕੇਰਾ ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰੇ ਆ ਤੂੰ ਸਦਾ ਰਹੋ, ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬਾ, ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਉਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਕਰ ਸ਼ਾਂਤ, ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਘਰ ਸਵਾਗੈ, ਘਰ ਸਵਾਗੈ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆ, ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਾ, ਸੇ ਨਾਮ ਹਰ ਕੈ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵੱਡ ਭਾਗੀ ਹੋ, ਪਾਰ ਬ੍ਰਹਮ ਪ੍ਰਭ ਪਾਇਆ, ਦੁਖ ਰੋਗ ਸੰਤਾਪ ਉਤਰੇ, ਸੰਤ ਸਾਜਨ ਵੈ ਸਰਸੇ, ਸੁਣਤੇ ਪੁਨੀਤ ਕਹਿਤੇ ਪਵਿੱਤਰ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਹਿਗੁਰੂ ਜੀ ਕਾ ਖਾਲਸਾ, ਤੁਧਿਆ ਗੈਰ।